ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਖਬਰ। ਮੇਰਾ ਨਾਮ ਹੈ ਸ਼ਰਤ। ਨਿਊਜ਼ੀਲੈਂਡ ਵਿੱਚ ਜਦੋਂ ਤੁਸੀਂ ਪੱਕੇ ਵਸਨੀਕ ਬਣ ਜਾਂਦੇ ਹੋ ਤੇ ਇਸ ਤੋਂ ਬਾਅਦ ਤੁਹਾਡਾ ਇੱਕ ਸਭ ਤੋਂ ਵੱਡਾ ਸੁਪਨਾ ਹੁੰਦਾ ਕਿ ਤੁਹਾਡਾ ਆਪਣਾ ਘਰ ਜ਼ਰੂਰ ਹੋਵੇ। ਤੇ ਉਸ ਸਮੇਂ ਦੇ ਵਿੱਚ ਤੁਹਾਨੂੰ ਵਧੀਆ ਮੌਰਗੇਜ ਬ੍ਰੋਕਰ ਦੀ ਇੱਕ ਲੋੜ ਹੁੰਦੀ ਹੈ ਜਿਹੜਾ ਕਿ ਤੁਹਾਨੂੰ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਦੱਸੇ ਕਿ ਤੁਸੀਂ ਕਿੱਥੇ ਤੱਕ ਘਰ ਲੈ ਸਕਦੇ ਹੋ ਤੇ ਤੁਹਾਡੀ ਲਾਈਫ ਜਿਹੜੀ ਹੈ ਬਿਲਕੁਲ ਸੁਖਾਂ ਵੀ ਰਵੇ। ਅੱਜ ਮੈਂ ਗੱਲਬਾਤ ਕਰਨ ਜਾ ਰਿਹਾ ਵਾਂ ਜਤਿੰਦਰ ਸਿੰਘ ਜੀ ਦੇ ਨਾਲ, ਕਿਵੀ ਮੌਰਗੇਜ ਤੋਂ। ਬਹੁਤ ਸਾਰਾ ਥੈਂਕਸ ਜਤਿੰਦਰ ਭਾਜੀ, ਵੈਲਕਮ ਜੀ ਆਇਆਂ ਨੂੰ ਡੇਲੀ ਖਬਰ ਤੇ। ਸਤਿ ਸ੍ਰੀ ਅਕਾਲ ਜੀ ਸ਼ਰਨ ਬਾਈ ਜੀ ਤੇ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦਾ ਸਾਰੇ ਆਪਣੀ ਸੇਫਟੀ ਬਣਾ ਕੇ ਰੱਖੇ ਹੋਣਗੇ ਜੀ ਹੁਣ ਇਸ ਟਾਈਮ। ਬਿਲਕੁਲ ਜਤਿੰਦਰ ਭਾਜੀ, ਕਿਸ ਤਰ੍ਹਾਂ ਚੱਲ ਰਹੀ ਹੈ ਲਾਈਫ? ਲੈਵਲ ਲੋਕਡਾਊਨ 4 ਇਸ ਟਾਈਮ ਚੱਲ ਰਿਹਾ ਨਿਊਜ਼ੀਲੈਂਡ ਵਿੱਚ, ਕੰਮ ਕਾਰ ਕਿਸ ਤਰ੍ਹਾਂ ਚੱਲ ਰਿਹਾ ਹੈ? ਬਿਜ਼ੀ ਚੱਲ ਰਹੇ ਹੋ ਕਿ ਜਾਂ ਫਿਰ ਨੋਰਮਲ ਲਾਈਫ ਚੱਲ ਰਹੀ ਹੈ? ਲਾਸਟ ਵੀਕ ਤਾਂ ਬਹੁਤ ਬਿਜ਼ੀ ਸੀ ਸ਼ਰਨ ਜੀ, ਬਹੁਤ ਸਾਰੀਆਂ ਕਾਲਸ ਸੀਗੀਆਂ, ਲੋਕਾਂ ਦੇ ਮਨ ਦੇ ਵਿੱਚ ਬਹੁਤ ਅਨਸਰਟਨਟੀ ਸੀਗੀ ਤੇ ਕੁਐਰੀਜ਼ ਬਹੁਤ ਜ਼ਿਆਦਾ ਸੀ। ਕੁਛ ਪੁਰਾਣਾ ਕੰਮ ਚੱਲਦਾ ਪਿਆ ਸੀ, ਉਹਨੂੰ ਕੰਪਲੀਟ ਕਰਨਾ ਸੀ ਤੇ ਲਾਸਟ ਵੀਕ ਬਹੁਤ ਬਿਜ਼ੀ ਸੀ। ਇਸ ਵੀਕ ਥੋੜਾ ਠੀਕ ਹੈ, ਤੁਹਾਨੂੰ ਪਤਾ ਹੀ ਹੈ ਮੇਰੇ ਕੋਲ ਇੱਕ ਛੋਟੀ ਬੱਚੀ ਵੀ ਹੈ, ਉਹਦਾ ਹੋਮ ਸਕੂਲਿੰਗ ਵੀ ਹੁੰਦੀ ਹੈ ਤੇ ਉਹ ਵੀ ਦੇਖਣਾ, ਘਰ ਦਾ ਕੰਮ ਵੀ ਦੇਖਣਾ ਤੇ ਇੱਧਰ ਨਾਲ ਆਫਿਸ ਦਾ ਵੀ ਵਰਕ ਦੇਖਣਾ, ਤਾਂ ਇਟ ਇਜ਼ ਡਿਫੀਕਲਟ। ਜਿਹੜਾ ਵਰਕ ਫਰੋਮ ਹੋਮ ਹੈ ਇਟਸ ਨੋਟ ਦੈਟ ਈਜ਼ੀ, ਬਹੁਤ ਔਖਾ ਹੈ ਜੀ। ਬਟ ਹਾਂ, ਅੱਛਾ ਭਾਜੀ, ਵਰਕ ਫਰੋਮ ਹੋਮ ਲੈਵਲ 4 ਦੇ ਵਿੱਚ ਹੀ ਹੋਇਆ ਕਿ ਇਸ ਤੋਂ ਪਹਿਲਾਂ ਵੀ ਵਰਕ ਫਰੋਮ ਹੋਮ ਜ਼ਿਆਦਾ ਚੱਲ ਰਿਹਾ ਸੀ? ਪਹਿਲਾਂ ਵਰਕ ਫਰੋਮ ਹੋਮ ਹੁੰਦਾ ਸੀਗਾ, ਲੇਕਿਨ ਪਹਿਲਾਂ ਜਿਹੜਾ ਵਰਕ ਫਰੋਮ ਹੋਮ ਸੀ ਉਹ ਬਹੁਤ ਡਿਫਰੈਂਟ ਸੀ ਕਿਉਂਕਿ ਬੱਚੇ ਸਕੂਲ ਜਾਂਦੇ ਸੀ, ਆਦਮੀ ਇਕੱਲਾ ਬੈਠ ਕੇ ਜ਼ਿਆਦਾ ਤਰੀਕੇ ਦੇ ਨਾਲ ਕੰਸਨਟ੍ਰੇਟ ਕਰ ਸਕਦਾ ਸਾਰੇ ਕੰਮ ਦੇ ਉੱਤੇ। ਹੁਣ ਜਿਹੜਾ ਲੈਵਲ 4 ਦੇ ਵਿੱਚ ਡਿਊਰਿੰਗ ਲੋਕਡਾਊਨ ਜਿਹੜਾ ਵਰਕ ਫਰੋਮ ਹੋਮ ਹੈ ਉਹ ਬਹੁਤ ਡਿਫਰੈਂਟ ਹੈ ਕਿਉਂਕਿ ਸਾਰੇ ਜਣੇ ਘਰ ਹੈ, ਬੱਚੇ ਘਰ ਹੈ, ਉਹਨਾਂ ਦਾ ਹੋਮ ਸਕੂਲਿੰਗ ਵੀ ਦੇਖਣਾ ਤੇ ਤੁਹਾਨੂੰ ਇੱਕ ਰੂਟੀਨ ਸੈੱਟ ਕਰਕੇ ਰੱਖਣਾ ਪੈਂਦਾ ਵਿੱਚ ਇਜ਼ ਵੈਰੀ ਡਿਫੀਕਲਟ ਮੇਨਟੇਨ ਕਰਨਾ ਤੇ। ਬਟ ਹਾਂ, ਪਿਛਲੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਕੋਲੋਂ ਸਿੱਖ ਕੇ ਇਹ ਵਾਲਾ ਜਿਹੜਾ ਲੋਕਡਾਊਨ ਜਾ ਰਿਹਾ ਮੇਰੇ ਖਿਆਲ ਉਹ ਬਹੁਤ ਵਧੀਆ ਜਾ ਰਿਹਾ। ਅੱਛਾ, ਕਈ ਜਤਿੰਦਰ ਭਾਜੀ ਕਲਾਇੰਟਸ ਦੇ ਮਨ ਵਿੱਚ ਹੁੰਦਾ ਕਿ ਵੀ ਹੁਣ ਲੈਵਲ 4 ਦੇ ਵਿੱਚ ਕੰਮ ਕਾਰ ਬੰਦ ਨੇ, ਸਾਰੇ ਕੰਮ ਕੋਈ ਨਹੀਂ ਕਰ ਰਿਹਾ, ਨਾ ਬੈਂਕਿੰਗ ਜਿਹੜੀ ਹੈ ਉਹ ਆਪਰੇਟ ਹੋ ਰਿਹਾ ਹੈ ਤੇ ਨਾ ਹੀ ਜਿਹੜੇ ਮੋਰਗੇਜ ਹੈਗੇ ਨੇ, ਬ੍ਰੋਕਰਸ ਹੈਗੇ ਨੇ ਉਹ ਕੰਮ ਕਰ ਰਹੇ, ਥੋੜਾ ਜਿਹਾ ਇਹਦੇ ਬਾਰੇ ਸਪਸ਼ਟੀਕਰਨ ਦਿੰਦੇ ਜਾਓ ਕਿ ਤੁਹਾਡਾ ਕੰਮ ਜਿਹੜਾ ਹੈ ਨੋਰਮਲੀ ਚੱਲ ਰਿਹਾ ਹੈ ਕਿ ਜਾਂ ਫਿਰ ਕਿਤੇ ਨਾ ਕਿਤੇ ਲੈਵਲ 4 ਦੇ ਚੱਲਦੇ ਆ ਤੁਹਾਨੂੰ ਹੁਣ ਕੰਮ ਰੁਕ ਰਿਹਾ ਹੈ ਜਾਂ ਪ੍ਰੋਬਲਮਸ ਆ ਰਹੀਆਂ ਨੇ? ਕਿ ਦੇਖੋ ਜੇ ਬੈਂਕਿੰਗ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਬੈਂਕ ਐਸ ਪਰ ਨਾਰਮਲ ਹੀ ਹੈ, ਸਿਰਫ ਜਿਹੜੀਆਂ ਬ੍ਰਾਂਚਿਸ ਨੇ ਉਹ ਨਹੀਂ ਓਪਨ ਹੋ ਰਹੀਆਂ, ਜਿਹੜੇ ਨਿਊ ਅਕਾਊਂਟਸ ਓਪਨ ਕਰਨੇ ਨੇ ਉਹ ਤੁਸੀਂ ਓਪਨ ਨਹੀਂ ਕਰ ਪਾ ਰਹੇ ਹੁਣ ਤੇ ਉਹਦੇ ਵਿੱਚ ਡਿਫੀਕਲਟੀ ਆ ਰਹੀ ਹੈ। ਬਟ ਜੇ ਮੋਰਗੇਜ ਬ੍ਰੋਕਰਸ ਦੀ ਗੱਲ ਕਰੀਏ, ਬੈਂਕ ਦੀ ਗੱਲ ਕਰੀਏ, ਐਪਲੀਕੇਸ਼ਨ ਸਬਮਿਸ਼ਨ ਦੀ ਗੱਲ ਕਰੀਏ, ਉਹ ਸਾਰਾ ਐਸ ਨੋਰਮਲ ਹੀ ਚੱਲਦਾ ਪਿਆ। ਸਾਡੀਆਂ ਮੀਟਿੰਗਸ ਅੱਜ ਵੀ ਓਦਾਂ ਹੀ ਚੱਲਦੀਆਂ ਪਈਆਂ, ਬਸ ਇਹ ਹੈ ਕਿ ਪਹਿਲਾਂ ਜਿਹੜੀਆਂ ਮੀਟਿੰਗ ਸੀਗੀਆਂ ਉਹ ਫੇਸ ਟੂ ਫੇਸ ਸਾਹਮਣੇ ਸਾਹਮਣੇ ਬੈਠ ਕੇ ਹੁੰਦੀ ਸੀਗੀ, ਹੁਣ ਉਹ ਹੀ ਮੀਟਿੰਗ ਜਿਹੜੀਆਂ ਵਰਚੁਅਲ ਮੀਟਿੰਗ ਹੋ ਜਾਂਦੀ ਹੈ, ਜਿਹੜਾ ਕਿ ਅਸੀਂ ਵੀ ਅੱਜ ਕਰ ਰਹੇ ਹਾਂ ਇਸੇ ਤਰੀਕੇ ਦੇ ਨਾਲ। ਐਂਡ ਆਈ ਥਿੰਕ ਇਟ ਇਜ਼ ਅ ਨਿਊ ਨਾਰਮਲ, ਅੱਗੇ ਜਾ ਕੇ ਲੋਕਾਂ ਨੂੰ ਇਹੀ ਕਰਨਾ ਪੈਣਾ, ਇਸੇ ਦੀ ਚੀਜ਼ ਦੀ ਆਦਤ ਪਾਣੀ ਪੈਣੀ ਹੈ ਸਾਨੂੰ ਤੇ ਡਿਫੀਕਲਟੀਜ਼ ਆ ਰਹੀਆਂ ਨੇ, ਕੰਮ ਚੱਲਦਾ ਪਿਆ ਲੇਕਿਨ ਉਸ ਲੈਵਲ ਦੇ ਉੱਤੇ ਨਹੀਂ ਚੱਲ ਪਿਆ। ਤੁਹਾਡੇ ਕਹਿਣ ਦਾ ਮਤਲਬ ਕਿ ਅਗਰ ਕਿਸੇ ਵੀ ਕਲਾਇੰਟ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਹੈ ਲੋਨ ਕਰਵਾਉਣ ਲਈ, ਚਾਹੇ ਬਿਜ਼ਨਸ ਲੋਨ ਹੈ ਚਾਹੇ ਉਹ ਹੋਮ ਲੋਨ ਹੈਗਾ ਹੈ, ਤੇ ਨੋਰਮਲ ਰੂਟੀਨ ਲਾਈਫ ਦੇ ਵਿੱਚ ਤੁਸੀਂ ਉਹਦੇ ਨਾਲ ਡੀਲ ਕਰ ਸਕਦੇ ਹੋ, ਜੋ ਵੀ ਰਿਕੁਆਇਰਮੈਂਟਸ ਤੁਸੀਂ ਦੱਸ ਸਕਦੇ ਹੋ ਜਾਂ ਬੈਂਕ ਨਾਲ ਤੁਹਾਡੀ ਡੀਲ ਜਿਹੜੀ ਇਸ ਟਾਈਮ ਚੱਲ ਰਹੀ ਹੈ? ਬਿਲਕੁਲ ਚੱਲਦੀ ਪਈ ਹੈ ਜੀ, ਬਿਲਕੁਲ ਬੈਂਕ ਦੇ ਨਾਲ ਪੂਰੀ ਡੀਲ ਚੱਲਦੀ ਪਈ ਹੈ ਤੇ ਮੀਟਿੰਗਸ ਵੀ ਓਦਾਂ ਹੀ ਚੱਲਦੀਆਂ ਪਈਆਂ। ਪਹਿਲਾਂ ਇਹ ਸੀਗਾ ਕਿ 1-1.5 ਘੰਟੇ ਦੀ ਮੀਟਿੰਗ ਹੁੰਦੀ ਸੀ, ਹੁਣ ਥੋੜਾ ਲੰਬਾ ਹੋ ਜਾਂਦਾ, 2-2.5 ਘੰਟੇ ਕਿਉਂਕਿ ਲੋਕਾਂ ਕੋਲ ਵੀ ਟਾਈਮ ਹੈ ਆਪਣਾ ਖੁੱਲ ਕੇ ਗੱਲਬਾਤ ਕਰਨ ਦਾ ਤੇ ਪੇਪਰਸ ਡਾਕੂਮੈਂਟਸ ਜਿਹੜੇ ਹੈਗੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਸਾਰੇ ਆਨਲਾਈਨ ਅਵੇਲੇਬਲ ਨੇ ਜੀ। ਕੋਈ ਇਹ ਨਹੀਂ ਹੈਗਾ ਕਿ ਤੁਸੀਂ ਪੇਪਰ ਵਰਕ ਬਣਾਉਣਾ ਪ੍ਰੋਪਰ, ਉਹਨੂੰ PDF ਫਾਰਮੈਟਸ ਦੇ ਵਿੱਚ ਅੱਜ ਕੱਲ੍ਹ ਆਨਲਾਈਨ ਸਾਰਾ ਕੁਝ ਅਵੇਲੇਬਲ ਹੈ ਤੇ ਕੰਮ ਜਿਹੜਾ ਹੈਗਾ ਐਜ਼ ਇਟ ਇਜ਼ ਚੱਲਦਾ ਪਿਆ। ਹਾਂਜੀ, ਇੱਕ ਮੇਰੇ ਮਨ ਵਿੱਚ ਸਵਾਲ ਆਇਆ ਭਾਜੀ ਕਿ ਜਿਵੇਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਘਰ ਦੇ ਵਿੱਚ ਪ੍ਰਿੰਟਰ ਜਾਂ ਸਕੈਨਰ ਹੋਵੇ ਜਾਂ ਉਹ ਜਿਹੜੀ ਅੱਜ ਕੱਲ੍ਹ ਟੈਕਨੋਲੋਜੀ ਚੱਲ ਰਹੀ ਹੈ, ਤੁਸੀਂ ਘਰ ਤੋਂ ਫਰੋਮ ਹੋਮ ਫਰੋਮ ਵਰਕ ਕਰ ਰਹੇ ਹੋ, ਉਹਦੇ ਵਿੱਚ ਜਿਹੜੀ ਚੀਜ਼ਾਂ ਇਨਵੋਲਵ ਹੁੰਦੀਆਂ ਚਾਹੇ ਕੰਪਿਊਟਰ ਲੈਪਟਾਪ, ਕਈਆਂ ਦੇ ਘਰ ਵਿੱਚ ਉਹ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਹੁੰਦੀਆਂ ਜਾਂ ਉਹਨਾਂ ਨੂੰ ਯੂਜ਼ ਨਹੀਂ ਕਰਨੀ ਹੁੰਦੀ ਉਹ ਟੈਕਨੋਲੋਜੀ, ਉਹਨਾਂ ਲਈ ਕੀ ਸੋਲੂਸ਼ਨ ਕੋਈ ਹੈਗਾ ਸੋਲੂਸ਼ਨ ਕਿ ਜਾਂ ਫਿਰ ਹਜੇ ਵੇਟ ਕਰੋ ਕਿ ਜਿਹੜਾ ਲੈਵਲ ਡਾਊਨ ਹੋਵੇ? ਬਿਲਕੁਲ ਸੋਲੂਸ਼ਨ ਹੈ ਜੀ, ਉਹਨਾਂ ਦੇ ਵਾਸਤੇ ਬਿਲਕੁਲ ਸੋਲੂਸ਼ਨ ਹੈ। ਅੱਜ ਦੀ ਡੇਟ ਦੇ ਵਿੱਚ ਦੇਖੋ ਫੋਨ ਜਿਹੜਾ ਹੈਗਾ ਉਹ ਘਰ ਘਰ ਦੇ ਵਿੱਚ ਹੈਗਾ, ਸਮਾਰਟ ਫੋਨ, ਇਹਦੇ ਨਾਲ ਅਸੀਂ ਫੋਟੋ ਖਿੱਚ ਸਕਦੇ ਹਾਂ ਕੋਈ ਵੀ ਪੇਪਰ ਦੀ ਜੇ ਉਹਨਾਂ ਕੋਲ ਪੇਪਰ ਹੈ ਤੇ, ਸਾਡੇ ਕੋਲ ਪ੍ਰੋਗਰਾਮਸ ਹੈ ਜਿਹੜੇ ਵਟਸਐਪ ਦੇ ਉੱਤੇ ਉਹ ਭੇਜ ਸਕਦੇ ਨੇ,
WhatsApp ਦੇ ਉੱਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਫੋਟੋ ਖਿੱਚ ਕੇ ਇੱਕ ਭੇਜ ਸਕਦੇ ਹਾਂ ਅਸੀਂ ਇਹਨੂੰ ਆਪਣੇ ਆਪ ਆਪਣੇ ਇਸ ਲੈਵਲ ਦੇ ਉੱਤੇ ਇੱਥੇ ਕਨਵਰਟ ਕਰ ਲੈਂਦੇ ਜਿਹੜੀਆਂ ਬੈਂਕ ਸਟੇਟਮੈਂਟਸ ਦੀ ਹੈ ਗੱਲ ਬੈਂਕ ਸਟੇਟਮੈਂਟਸ ਦੇ ਵਿੱਚ ਵੀ ਪ੍ਰੋਗਰਾਮ ਇੱਕ ਸਾਡੇ ਕੋਲ ਹੈ ਇਲਿਓਨ ਕਰਕੇ ਉਹਦੇ ਵਿੱਚ ਸਿੰਪਲ ਤੁਸੀਂ ਆਪਣਾ ਯੂਜ਼ਰ ਨੇਮ ਪਾਸਵਰਡ ਪਾਉਣਾ ਅਤੇ ਉਹਨੇ ਆਟੋਮੈਟਿਕਲੀ ਆਪਣੇ ਆਪ ਸਾਨੂੰ 3 ਮਹੀਨੇ ਦੀਆਂ ਲੇਟੈਸਟ ਜਿਹੜੀਆਂ ਬੈਂਕ ਸਟੇਟਮੈਂਟਸ ਆ ਉਹ ਭੇਜ ਦੇਣਗੀਆਂ ਵੈਰੀ ਸੇਫ ਪ੍ਰੋਗਰਾਮ ਜਿਹੜਾ ਆਰ ਬੀ ਐਨ ਜ਼ੈਡ ਔਰ ਐਨ ਜ਼ੈਡ ਐਫ ਐਸ ਜੀ ਤੋਂ ਅਪਰੂਵਡ ਉਹ ਪ੍ਰੋਗਰਾਮ ਹੈ ਅਤੇ ਉਹਦੇ ਨਾਲ ਕੋਈ ਪ੍ਰਾਈਵੇਸੀ ਲੀਕ ਨਹੀਂ ਹੁੰਦੀ ਕਿਸੇ ਪਾਸੇ ਵੀ ਮੈਂ ਉਹਨਾਂ ਨੂੰ ਆਪਣਾ ਲਿੰਕ ਭੇਜਾਂਗਾ ਉਸੇ ਲਿੰਕ ਦੇ ਉੱਤੇ ਉਹਨਾਂ ਨੇ ਸਾਨੂੰ ਬੈਂਕ ਸਟੇਟਮੈਂਟਸ ਭੇਜਣੀ ਹੈ ਸੋ ਇਟ ਇਜ਼ ਵੈਰੀ ਈਜ਼ੀ ਬਾਕੀ ਹਾਂਜੀ ਕਈਆਂ ਨੂੰ ਬਹੁਤ ਡਿਫੀਕਲਟੀ ਆਉਂਦੀ ਹੈ ਅਸੀਂ ਮੈਂ ਦੇਖਿਆ ਮੈਂ ਪਿਛਲੇ 2-4 ਦਿਨਾਂ ਤੋਂ ਇਹ ਚੀਜ਼ ਨੋਟਿਸ ਕੀਤੀ ਅੱਜ ਵੀ ਸਵੇਰੇ ਮੇਰੀ 9:30 ਵਜੇ ਮੀਟਿੰਗ ਸੀਗੀ ਉਹਦੇ ਵਿੱਚ ਵੀ ਅਸੀਂ ਇੱਕ ਇੱਕ ਚੀਜ਼ ਉਹਨਾਂ ਨੂੰ ਗਾਈਡ ਕੀਤੀ ਹੁਣ ਤੁਸੀਂ ਇਸ ਪੇਜ ਦੇ ਉੱਤੇ ਜਾਓ ਫਿਰ ਉਸ ਤੋਂ ਬਾਅਦ ਇਹ ਵਾਲਾ ਕਲਿੱਕ ਕਰੋ ਬਟਨ ਫਿਰ ਉਸ ਤੋਂ ਬਾਅਦ ਇਹ ਕਰੋ ਆਨਲਾਈਨ ਸਾਰਾ ਕੁਛ ਅਵੇਲੇਬਲ ਹੈ ਜੀ ਆਪਣੇ ਵੱਲੋਂ ਕੋਸ਼ਿਸ਼ ਕਰੀਏ ਜਿੰਨੀ ਜ਼ਿਆਦਾ ਸਪੋਰਟ ਕਰ ਸਕੀਏ ਜਿੰਨਾ ਜ਼ਿਆਦਾ ਹੈਲਪ ਕਰ ਸਕੀਏ ਉਨੀ ਕਰੀਏ ਇਹੀ ਡਿਫਰੈਂਸ ਹੈ ਜੀ ਬੈਂਕ ਦੇ ਨਾਲ ਗੱਲ ਕਰਨ ਦਾ ਬੈਂਕ ਦੇ ਨਾਲ ਕੰਮ ਕਰਨ ਦਾ ਔਰ ਇੱਕ ਬ੍ਰੋਕਰ ਦੇ ਨਾਲ ਕੰਮ ਕਰਨ ਦਾ ਬ੍ਰੋਕਰ ਕੀ ਹੈ ਕਿ ਤੁਹਾਡੇ ਨਾਲ ਖੜ ਕੇ ਕੰਮ ਕਰਾਉਂਦਾ ਹੈਗਾ ਤੇ ਤੁਹਾਨੂੰ ਜਿਹੜੀ ਜਿਹੜੀ ਡਿਫੀਕਲਟੀਜ਼ ਆ ਰਹੀ ਤੁਹਾਡੇ ਨਾਲ ਟਾਈਮ ਲਗਾਉਂਦਾ ਤੁਹਾਡੇ ਨਾਲ ਗੱਲ ਕਰਦਾ ਤਾਂ ਇਸ ਕਰਕੇ ਬੈਂਕਸ ਦੇ ਨਾਲ ਔਰ ਬ੍ਰੋਕਰਸ ਦੇ ਨਾਲ ਕੰਮ ਕਰਨ ਦਾ ਬਹੁਤ ਡਿਫਰੈਂਸ ਹੈ ਬੈਂਕ ਕੋਲ ਟਾਈਮ ਨਹੀਂ ਜਿਹੜੇ ਇੰਪਲੋਈਜ਼ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਬਿਜ਼ੀ ਨੇ ਉਹਨਾਂ ਦੇ ਵੀ ਕੋਈ ਕਸੂਰ ਨਹੀਂ ਹੈ ਇਹਦੇ ਵਿੱਚ ਬਹੁਤ ਬਿਜ਼ੀ ਨੇ ਉਹ ਤੁਹਾਡੇ ਨਾਲ ਇੰਨੀ ਸਪੋਰਟ ਨਹੀਂ ਕਰ ਸਕਦੇ ਕਿ ਹੁਣ ਤੁਸੀਂ ਇਹਦੇ ਕਲਿੱਕ ਕਰੋ ਫਿਰ ਇੱਥੇ ਕਲਿੱਕ ਕਰੋ ਫਿਰ ਉੱਥੇ ਕਲਿੱਕ ਕਰੋ ਏਦਾਂ ਨਹੀਂ ਕਰ ਸਕਦੇ ਕੰਮ ਉਹਨਾਂ ਨੂੰ ਕੰਮ ਚਾਹੀਦਾ ਹੈ ਰੈਡੀ ਚਾਹੀਦਾ ਹੈ ਜਿਹੜੀ ਕਿ ਈਜ਼ੀ ਟੂ ਉਹਨਾਂ ਲਈ ਗੋਇੰਗ ਹੋਵੇ ਕਿ ਉਹ ਚੀਜ਼ਾਂ ਤੁਹਾਡੇ ਵੱਲੋਂ ਕ੍ਰੀਏਟ ਕਰਕੇ ਉਹਨਾਂ ਨੂੰ ਭੇਜੀ ਜਾਂਦੀ ਹੈ ਅੱਛਾ ਭਾਜੀ ਮੈਂ ਦੇਖਿਆ ਕਿ ਜਿਹੜੇ ਤਾਂ ਚਲੋ ਆਲਰੇਡੀ ਕਿਸੇ ਨੇ ਸੈਕਿੰਡ ਜਾਂ ਥਰਡ ਲੋਨ ਕਰਵਾਉਣਾ ਹੈ ਪਰ ਜਿਹੜੇ ਫਸਟ ਲੋਨ ਜਿਹਨਾਂ ਨੇ ਕਰਵਾਉਣਾ ਹੈ ਉਹਨਾਂ ਲਈ ਇੱਕ ਵਧੀਆ ਮੋਰਗੇਜ ਬ੍ਰੋਕਰ ਹੋਣਾ ਜ਼ਰੂਰੀ ਹੈ ਕਿ ਡਜ਼ਨਟ ਮੈਟਰ ਕਿਸੇ ਵੀ ਮੋਰਗੇਜ ਬ੍ਰੋਕਰ ਕੋਲੋਂ ਜਾ ਕੇ ਆਪਣਾ ਕੰਮ ਕਰਵਾ ਸਕਦਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਲਾਈਫ ਜੇ ਅਗਰ ਸੁਖਾਵੀ ਰੱਖਣੀ ਹੈ ਤੁਸੀਂ ਘਰ ਲੈਣ ਤੋਂ ਬਾਅਦ ਵੀ ਤੇ ਇੱਕ ਵਧੀਆ ਮੋਰਗੇਜ ਬ੍ਰੋਕਰ ਹੁੰਦਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਵਿੱਚ ਇਹਦੇ ਚ ਕਿੰਨੀ ਕੁ ਸੱਚਾਈ ਹੈਗੀ ਹੈ ਕੋਈ ਵੀ ਮੋਰਗੇਜ ਬ੍ਰੋਕਰ ਜਿਹੜਾ ਹੈਗਾ ਉਹਨਾਂ ਦਾ ਸੇਮ ਕੰਮ ਹੁੰਦਾ ਕਿ ਇੱਕ ਵਧੀਆ ਮੋਰਗੇਜ ਬ੍ਰੋਕਰ ਉਹ ਵਧੀਆ ਤਰੀਕੇ ਨਾਲ ਗਾਈਡ ਕਰ ਸਕਦਾ ਹੈ ਰਸਤੇ ਅਲੱਗ ਅਲੱਗ ਹੁੰਦੇ ਨੇ ਕਿ ਜਾਂ ਇੱਕੋ ਰਸਤੇ ਸਾਰੇ ਚੱਲਦੇ ਨੇ ਨਹੀਂ ਇੱਕੋ ਰਸਤਾ ਨਹੀਂ ਹੁੰਦਾ ਜੀ ਹਰ ਇੱਕ ਫੈਮਿਲੀ ਦੀ ਡਿਫਰੈਂਟ ਸਰਕਮਸਟੈਂਸਸ ਹੁੰਦੇ ਨੇ ਜੀ ਉਹਨਾਂ ਦਾ ਡਿਫਰੈਂਟ ਇਨਕਮ ਸਿਨੈਰੀਓ ਹੁੰਦਾ ਉਹਨਾਂ ਦਾ ਡਿਫਰੈਂਟ ਲਿਵਿੰਗ ਸਿਚੁਏਸ਼ਨ ਹੁੰਦਾ ਉਹਨਾਂ ਦਾ ਡਿਫਰੈਂਟ ਐਕਸਪੈਂਸਿਸ ਹੁੰਦੇ ਰਾਈਟ ਜੀ ਬਹੁਤ ਸਾਰੀਆਂ ਜਿਹੜਾ ਬੰਦਾ ਸੈਕਿੰਡ ਥਰਡ ਫੋਰਥ ਘਰ ਲੈ ਰਿਹਾ ਉਹ ਪਹਿਲਾਂ ਉਸ ਦੌਰ ਚੋਂ ਨਿਕਲ ਚੁੱਕਾ ਹੈ ਤਾਂ ਉਹਨੂੰ ਪਤਾ ਹੈ ਕਿ ਮੈਂ ਆਪਣੇ ਅਕਾਊਂਟਸ ਕਿੱਦਾਂ ਮੇਨਟੇਨ ਕਰਨੇ ਨੇ ਆਪਣੇ ਡੈਟਸ ਕਿੱਦਾਂ ਮੇਨਟੇਨ ਕਰਨੇ ਨੇ ਆਪਣੀ ਇਨਕਮ ਐਕਸਪੈਂਸਿਸ ਕਿਸ ਤਰੀਕੇ ਦੇ ਨਾਲ ਰੱਖਣਾ ਉਹਨਾਂ ਵਾਸਤੇ ਕਿਤੇ ਨਾ ਕਿਤੇ ਫਿਰ ਆਸਾਨ ਹੁੰਦਾ ਲੇਕਿਨ ਜਿਹੜਾ ਫਸਟ ਹੋਮ ਬਾਇਰ ਹੈ ਫਸਟ ਹੋਮ ਬਾਇਰ ਨੂੰ ਇੱਕ ਮੋਰਗੇਜ ਬ੍ਰੋਕਰ ਦੇ ਨਾਲ ਦੇ ਥਰੂ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਐਸੇ ਕੇਸਿਸ ਆਉਂਦੇ ਨੇ ਅਸੀਂ ਦੇਖੇ ਨੇ ਕਿ ਜਿਹੜੇ ਕਿ ਫਸਟ ਟਾਈਮ ਰੈਡੀ ਟੂ ਗੋ ਨਹੀਂ ਹੁੰਦੇ ਮੈਕਸੀਮਮ ਕੇਸਿਸ ਮੋਰ ਦੈਨ 75-80% ਜੇ ਤੁਸੀਂ ਆਇਓ ਮੇਰੇ ਕੋਲ ਐਪਲੀਕੇਸ਼ਨ ਲੈ ਕੇ ਦੇ ਆਰ ਨੋਟ ਰੈਡੀ ਟੂ ਗੋ ਕਿ ਉਹਨਾਂ ਦੇ ਪੇਪਰਸ ਲਾਓ ਤੇ ਸਿੱਧਾ ਬੈਂਕ ਦੇ ਵਿੱਚ ਪਾ ਦਿਓ ਨਹੀਂ ਏਦਾਂ ਨਹੀਂ ਹੁੰਦਾ ਉਹਨਾਂ ਨੂੰ ਗਾਈਡ ਕਰਨਾ ਪੈਂਦਾ ਉਹਨਾਂ ਨੂੰ ਦੱਸਣਾ ਪੈਂਦਾ ਔਰ ਉਹ ਨਹੀਂ ਹੈ ਕਿ ਉਹ ਜਾਣਬੁੱਝ ਕੇ ਆਪਣਾ ਗਲਤ ਅਕਾਊਂਟ ਮੇਨਟੇਨ ਕਰ ਰਹੇ ਹੁੰਦੇ ਨੇ ਮੈਕਸੀਮਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਅਕਾਊਂਟਸ ਕਿਸ ਤਰੀਕੇ ਨਾਲ ਮੇਨਟੇਨ ਕਰਨੇ ਨੇ ਆਪਣੇ ਐਕਸਪੈਂਸਿਸ ਕਿਸ ਤਰੀਕੇ ਦੇ ਨਾਲ ਰੱਖਣੇ ਨੇ ਤਾਂ ਕਿ ਕੱਲ੍ਹ ਨੂੰ ਜਦੋਂ ਅਸੀਂ ਐਪਲੀਕੇਸ਼ਨ ਫਾਈਲ ਕਰਨੀ ਹੈ ਹੋਮ ਲੋਨ ਵਾਸਤੇ ਉਸ ਵੇਲੇ ਸਾਨੂੰ ਕੋਈ ਡਿਫੀਕਲਟੀ ਨਾ ਆਵੇ ਤਾਂ ਉਸ ਚੀਜ਼ ਵਾਸਤੇ ਜਿਹੜਾ ਮੋਰਗੇਜ ਬ੍ਰੋਕਰ ਹੈ ਉਹਦੇ ਨਾਲ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਯੂਜਲੀ ਕੀ ਕਰਦੇ ਹਾਂ ਅਸੀਂ ਉਹਨਾਂ ਦੇ ਇਨਕਮ ਉਹਨਾਂ ਦੀ ਸਿਚੁਏਸ਼ਨ ਦੇਖ ਕੇ ਸਿਨੈਰੀਓ ਸਾਰਾ ਦੇਖ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਗਾਈਡ ਕਰੀਦਾ ਐਡਵਾਈਜ਼ ਕਰੀਦਾ ਕਿ ਦੇਖੋ ਇੱਥੇ ਤੁਸੀਂ ਗਲਤ ਕਰ ਰਹੇ ਹੋ ਇਸ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਰਾਂਗੇ ਤਾਂ ਠੀਕ ਕਰ ਸਕਦੇ ਹੋ ਬਟ ਦੈਟ ਹੈਜ਼ ਟੂ ਕਮ ਫਰੋਮ ਦੈਮ ਮਤਲਬ ਉਹਨਾਂ ਵੱਲੋਂ ਜੋ ਉਹ ਕਹਿ ਰਹੇ ਨੇ ਜੋ ਉਹਨਾਂ ਦੀ ਸਿਚੁਏਸ਼ਨ ਹੈ ਉਹ ਸਾਰੀ ਦੇਖਦੇ ਹੋਏ ਉਹਨਾਂ ਨੂੰ ਗਾਈਡ ਕਰੀਦਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਅਕਾਊਂਟ ਮੇਨਟੇਨ ਕਰੋਗੇ ਤਾਂ ਕਿ ਕੱਲ੍ਹ ਨੂੰ ਲੋਨ ਲੈਣ ਵਾਸਤੇ ਆਸਾਨੀ ਹੋ ਸਕੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਫਸਟ ਹੋਮ ਬਾਇਰ ਹੈਗੇ ਨੇ ਅਗਰ ਘਰ ਉਹਨਾਂ ਨੇ ਅਜੇ 6 ਮਹੀਨੇ ਜਾਂ ਸਾਲ ਰੁਕ ਕੇ ਵੀ ਲੈਣਾ ਹੈ ਪਰ ਤਾਂ ਵੀ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਵੀ ਅਸੀਂ ਹੁਣ 6 ਮਹੀਨੇ ਜਾਂ ਆਉਣ ਵਾਲਾ ਜਿਹੜਾ ਸਾਲ ਹੈਗਾ ਇਹਦੇ ਵਿੱਚ ਕਿੰਨੀ ਕੁ ਸੇਵਿੰਗ ਰੱਖੀਏ ਕਿੱਦਾਂ ਆਪਣੇ ਅਕਾਊਂਟ ਨੂੰ ਮੇਨਟੇਨ ਰੱਖੀਏ ਤਾਂ ਜੋ ਸਾਨੂੰ ਲੋਨ ਚ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਸਹੀ ਜੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਕਿ ਜੇ ਜਿਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਥੋਟ ਆ ਗਿਆ ਕਿ ਅਸੀਂ ਘਰ ਲੈਣਾ ਉਸ ਟਾਈਮ ਦੇ ਉੱਤੇ ਇੱਕ ਮੋਰਗੇਜ ਬ੍ਰੋਕਰ ਦੇ ਨਾਲ ਗੱਲ ਕਰਨਾ ਬਹੁਤ ਇੰਪੋਰਟੈਂਟ ਆ ਉਸ ਟਾਈਮ ਦੇ ਉੱਤੇ ਮੋਰਗੇਜ ਬ੍ਰੋਕਰ ਦੇ ਨਾਲ ਜਾ ਕੇ
ਬੈਠਣਾ, ਉਹਦੇ ਨਾਲ ਆਪਣੇ ਅਕਾਊਂਟ ਸ਼ੇਅਰ ਕਰਨੇ, ਉਹਨੂੰ ਦਿਖਾਉਣਾ ਆਪਣੀ ਜਿਹੜੀ ਤੁਹਾਡੀ ਸਿਚੁਏਸ਼ਨ ਹੈ ਉਹ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਤੁਹਾਡਾ ਤੁਹਾਡਾ ਐਡਵਾਈਜ਼ਰ ਹੈ, ਤੁਹਾਡਾ ਬ੍ਰੋਕਰ ਹੈ, ਉਹ ਤੁਹਾਨੂੰ ਗਾਈਡ ਕਰ ਸਕੇ, ਐਡਵਾਈਸ ਕਰ ਸਕੇ ਕਿ ਦੇਖੋ ਆਹ ਚੀਜ਼ ਤੁਸੀਂ ਗਲਤ ਕਰ ਰਹੇ ਹੋ, ਇੱਥੇ ਤੁਸੀਂ ਠੀਕ ਕਰ, ਏਦਾਂ ਕਰੋਗੇ ਤਾਂ ਹੋ ਸਕਦਾ ਵੀ ਤੁਹਾਡਾ ਅੱਗੇ ਬਣ ਸਕਦੀ ਹੈ। ਤਾਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਤੁਸੀਂ, ਭਾਵੇਂ 6 ਮਹੀਨੇ, ਸਾਲ, 2 ਸਾਲ, ਜਦੋਂ ਵੀ ਉਹਨਾਂ ਨੇ ਲੈਣਾ, ਜਿਸ ਟਾਈਮ ਤੇ ਉਹ ਥੋਟ ਆ ਗਿਆ ਕਿ ਯਾਰ ਮੈਂ ਘਰ ਲੈਣਾ, ਉਸੇ ਟਾਈਮ ਦੇ ਉੱਤੇ ਕਿਸੇ ਬ੍ਰੋਕਰ ਨੂੰ ਕੰਟੈਕਟ ਕਰਨਾ ਬਹੁਤ ਜ਼ਰੂਰੀ ਹੈ। ਤੁਹਾਡੇ ਕਹਿਣ ਦਾ ਮਤਲਬ ਜਦੋਂ ਪੱਕੇ ਵਸਨੀਕ ਬਣ ਗਏ ਉਸ ਤੋਂ ਬਾਅਦ ਅਗਲੇ ਦਿਨ ਕਾਲ ਕਰ ਲੈਣੀ ਚਾਹੀਦੀ ਹੈ ਤੁਹਾਨੂੰ ਕਿ ਹੁਣ ਅਸੀਂ ਸੋਚਾਂਗੇ 6 ਮਹੀਨੇ, 1 ਸਾਲ ਤੱਕ, ਤੇ ਸਾਨੂੰ ਹੁਣੇ ਗਾਈਡ ਕਰੋ ਕਿ ਕਿਸ ਤਰ੍ਹਾਂ ਜਿਹੜੀਆਂ ਅਸੀਂ ਮੇਨਟੇਨ ਕਰ ਸਕਦੇ ਹਾਂ। ਅੱਛਾ, ਇਹਦੇ ਵਿੱਚ ਜਦੋਂ ਤੁਹਾਨੂੰ ਕੋਈ ਕਾਲ ਕਰਦਾ ਹੈ, ਤੁਹਾਡੀਆਂ ਸੇਵਾਵਾਂ ਲੈਂਦਾ ਹੈ, ਕੋਈ ਤੁਹਾਡੇ ਚਾਰਜਸ ਹੁੰਦੇ ਨੇ ਫਸਟ ਸੈਕਿੰਡ ਮੀਟਿੰਗ ਦੇ ਕਿ ਫ੍ਰੀ ਆਫ ਕੋਸਟ ਹੈ, ਜਿੰਨੀ ਵਾਰ ਮਰਜ਼ੀ ਤੁਹਾਨੂੰ ਕੋਈ ਤੰਗ ਕਰੇ? ਮੈਂ ਇੱਕ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇਣਾ ਚਾਹਾਂਗਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਪੱਕੇ ਹੀ ਹੋਵੋ, ਮੈਂ ਇਹੋ ਜਿਹੇ ਬੰਦੇ ਨਾਲ ਕੰਮ ਕਰਦਾ ਕੀਤਾ ਨਾਲ ਜਿਹਨਾਂ ਨੂੰ ਪਤਾ ਹੈ ਕਿ ਸਾਡੇ 3 ਮਹੀਨੇ 6 ਮਹੀਨੇ ਤੱਕ ਪੀਆਰ ਹੋ ਜਾਣੀ ਹੈ, ਅਸੀਂ ਉਸ ਰਸਤੇ ਚੱਲੇ ਹੋਏ ਹਾਂ ਤੇ ਸਾਡੇ 3 ਮਹੀਨੇ 6 ਮਹੀਨੇ ਤੱਕ ਪੀਆਰ ਹੋ ਜਾਣੀ ਹੈ, ਤਾਂ ਮੈਂ ਉਹਨਾਂ ਨੂੰ ਉਸੇ ਵੇਲੇ ਗਾਈਡ ਕਰਨਾ ਸ਼ੁਰੂ ਕਰਤਾ 3 ਮਹੀਨੇ 6 ਪੀਆਰ ਆਉਣ ਤੋਂ ਪਹਿਲਾਂ। ਤਾਂ ਆਈ ਹੈਵ ਐਗਜ਼ਾਮਪਲਸ ਕਿ ਜਿਹਦੇ ਵਿੱਚ ਕਿ ਅੱਜ ਉਹਨਾਂ ਦੀ ਪੀਆਰ ਹੋਈ ਹੈ ਤੇ ਟੁਮੋਰੋ ਅਸੀਂ ਅਗਲੇ ਦਿਨ ਉਹਨਾਂ ਦੀ ਫਾਈਲ ਲਗਾਈ ਹੈ ਤੇ ਹਫ਼ਤੇ ਦੇ ਵਿੱਚ ਉਹਨਾਂ ਦੀ ਅਪਰੂਵਲ ਆਈ ਹੈ। ਜ਼ਰੂਰੀ ਨਹੀਂ ਹੈ ਕਿ ਪੀਆਰ ਹੀ ਹੈ, ਲੇਕਿਨ ਜੇ ਤੁਸੀਂ ਉਸ ਰਸਤੇ ਤੇ ਵੀ ਹੈਗੇ ਹੋ ਕਿ ਤੁਹਾਡੀ ਪੀਆਰ ਹੋ ਜਾਏਗੀ, ਤਾਂ ਵੀ ਮਿਲਣਾ ਸਾਡੇ ਨਾਲ ਬਹੁਤ ਅੱਛੀ ਗੱਲ ਹੈ। ਉਹਦੇ ਨਾਲ ਕੀ ਹੈ ਕਿ ਤੁਹਾਨੂੰ ਪਤਾ ਚੱਲ ਜਾਏਗਾ ਕਿਹੜੇ ਰਸਤੇ ਚੱਲਣਾ। ਇਹ ਸਵਾਲ ਹੋਰ ਇੱਕ ਮੇਰੇ ਮਾਈਂਡ ਚ ਆ ਗਿਆ ਚੱਲਦਿਆਂ ਕਿ ਪੱਕਾ ਬੰਦਾ ਹੀ ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਲੈ ਸਕਦਾ ਕਿ ਜਾਂ ਵਰਕ ਪਰਮਿਟ ਹੋਵੇ ਕਿਸੇ ਕੋਲ, ਉਹ ਵੀ ਕਿਤੇ ਨਾ ਕਿਤੇ ਇਨਵੋਲਵ ਹੋ ਸਕਦਾ ਪ੍ਰਾਪਰਟੀ ਚ? ਨਹੀਂ, ਵਰਕ ਪਰਮਿਟ ਦੇ ਉੱਤੇ ਕੁਛ ਲੈਂਡਰਸ ਨੇ, ਪ੍ਰਾਈਵੇਟ ਲੈਂਡਰਸ ਨੇ, ਜੇ ਤੁਹਾਡਾ ਪਾਰਟਨਰ ਤੁਹਾਡੇ ਨਾਲ ਪੱਕਾ ਹੈ ਤੇ ਤੁਸੀਂ ਪਾਰਟਨਰ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈ ਤੇ ਤੁਹਾਡੇ ਕੋਲ ਵਰਕ ਪਰਮਿਟ ਹੈ, ਉਸ ਸਿਨੈਰੀਓ ਨੂੰ ਦੇਖਿਆ ਜਾ ਸਕਦਾ ਔਰ ਤੁਹਾਡੇ ਚਾਂਸਿਸ ਕਿੰਨੇ ਨੇ ਉਸ ਸਿਨੈਰੀਓ ਨੂੰ ਦੇਖਿਆ ਜਾ ਸਕਦਾ। ਲੇਕਿਨ ਜੇ ਤੁਸੀਂ ਹਸਬੈਂਡ ਵਾਈਫ ਹੈ, ਦੋਨੋਂ ਹਾਲੇ ਵਰਕ ਪਰਮਿਟ ਦੇ ਉੱਤੇ, ਤਾਂ ਫਿਰ ਨਹੀਂ, ਉਹ ਨਹੀਂ ਹੋ ਸਕਦਾ। ਬਟ ਹਾਂ, ਉਹ ਡਿਪੈਂਡ ਕਰਦਾ ਕਿ ਉਹਨਾਂ ਦੀ ਰੈਜ਼ੀਡੈਂਸੀ ਪਿੱਛੇ ਕਿਹੜੀ ਕਿੱਥੋਂ ਦੀ ਹੈ, ਕਿਆ ਉਹ ਆਸਟ੍ਰੇਲੀਅਨ ਰੈਜ਼ੀਡੈਂਟਸ ਨੇ, ਇਸ ਟਾਈਮ ਜਿਹੜਾ ਹੈਗਾ ਇਹ ਪ੍ਰੋਪਰਟੀ ਕਿਸ ਤਰ੍ਹਾਂ ਚੱਲ ਰਹੀ ਹੈ ਤੇ ਲੋਨ ਜਿਹੜੇ ਹੈਗੇ ਨੇ ਉਹ ਫਸਟ ਬਾਇਰ ਜ਼ਿਆਦਾ ਮੂਵ ਕਰ ਰਹੇ ਨੇ ਲੋਨਸ ਵੱਲ ਨੂੰ ਕਿ ਜਾਂ ਫਿਰ ਇਨਵੈਸਟਰ ਵੀ ਜ਼ਿਆਦਾ ਕਵਰ ਕਰ ਰਹੇ ਨੇ ਅੱਜ ਕੱਲ੍ਹ? ਪਿਛਲੇ ਦੇਖੋ ਪਿਛਲੇ 6 ਮਹੀਨਿਆਂ ਦੇ ਵਿੱਚ ਜੇ ਤੁਸੀਂ ਸਟੱਡੀ ਕਰੋ ਤਾਂ ਇਨਵੈਸਟਰਸ 6 ਮਹੀਨੇ ਕੀ ਜ਼ਿਆਦਾਤਰ ਜਿਹੜੇ ਇਨਵੈਸਟਰਸ ਨੇ ਉਹੀ ਜ਼ਿਆਦਾਤਰ ਪ੍ਰੋਪਰਟੀ ਬਾਏ ਕਰਦੇ ਨੇ। ਜਿਹੜਾ ਲਾਸਟ ਲੋਕਡਾਊਨ ਲੱਗਿਆ, ਲੋਕਡਾਊਨ ਤੋਂ ਬਾਅਦ ਬੈਂਕਸ ਨੇ ਆਪਣੀਆਂ ਪੋਲਿਸੀ ਚੇਂਜ ਕੀਤੀਆਂ, ਜਿਹੜਾ ਸੈਕਿੰਡ ਹੋਮ ਹੈ ਉਹਨੂੰ 20% LVR ਦੇ ਉੱਤੇ ਤੁਹਾਨੂੰ ਬਾਏ ਕਰਨਾ, ਉਹਨੇ ਅਲਾਓ ਕੀਤਾ, ਪੋਲਿਸੀ ਚੇਂਜ ਕੀਤੀ, ਉਹਦੇ ਨਾਲ ਹੈਗਾ ਕਿ ਮੈਕਸੀਮਮ ਨੰਬਰ ਆਫ ਹਾਊਸ ਪਰਚੇਜ ਜਿਹੜੀ ਹੋਈ ਹੈ ਉਹ ਇਨਵੈਸਟਰਸ ਦੀ ਹੀ ਹੋਈ, ਠੀਕ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ, ਫਸਟ ਹੋਮ ਬਾਇਰ ਜਿਹੜਾ ਹੈਗਾ ਉਹ ਸ਼ੁਰੂ ਤੋਂ ਸਟਰਗਲ ਕਰ ਰਹੇ ਆ, ਪਹਿਲੀ ਪੌੜੀ ਜਿਹਨੂੰ ਕਹਿੰਦੇ ਨੇ ਚੜ੍ਹਨੀ ਔਖੀ ਹੁੰਦੀ ਹੈ, ਤਾਂ ਉਹ ਵਿਚਾਰੇ ਹਾਲੇ ਵੀ ਕਰਦੇ ਪਏ ਨੇ ਤੇ ਅੱਗੇ ਵੀ ਜਿਹੜੀਆਂ ਸੁਣਨ ਨੂੰ ਆ ਰਹੀਆਂ ਕਿ ਜੋ ਪੋਲਿਸੀਜ਼ ਚੇਂਜ ਕਰਦੇ ਪਏ ਨੇ ਬੈਂਕਸ ਜਿਨ੍ਹਾਂ ਦੇ ਉੱਤੇ ਵਰਕ ਕਰ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਿਲ ਆ ਸਕਦੀ ਹੈ। ਤੇ ਹਾਂਜੀ, ਟੂ ਆਨਸਰ ਯੋਰ ਕੁਐਸਚਨ ਕਿ ਇਨਵੈਸਟਰਸ ਜਿਹੜੇ ਹੈਗੇ ਨੇ ਉਹ ਜ਼ਿਆਦਾਤਰ ਬਾਏ ਕਰਦੇ ਨੇ, ਆ ਪਿਛਲੇ 6 ਮਹੀਨਿਆਂ ਦਾ ਤੁਸੀਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਜਿਹੜਾ ਡਿਫਰੈਂਸ ਹੈਗਾ ਇਨਵੈਸਟਰਸ ਦਾ ਤੇ ਫਸਟ ਹੋਮ ਬਾਏ। ਪਿਛਲੇ ਟਾਈਮ ਤੋਂ ਹੋਣ ਵਾਲੇ ਟਾਈਮ ਦੇ ਵਿੱਚ ਫਸਟ ਹੋਮ ਬਾਏਰ ਲਈ ਮੁਸ਼ਕਲਾਂ ਵਧੀਆਂ ਨੇ, ਰਿਕੁਆਇਰਮੈਂਟਸ ਵਧੀਆਂ ਨੇ ਕਿ ਜਾਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ ਜਿਵੇਂ ਕਿ ਪਿੱਛੇ ਜੇ 5%, 7%, 8% ਤੇ ਵੀ ਜਿਹੜੇ ਕਿ ਲੋਨ ਹੁੰਦੇ ਰਹੇ ਨੇ, ਤੇ ਹੁਣ ਵੀ ਕੁਛ ਇਦਾਂ ਦੀ ਹੀ ਬੈਂਕ ਦੀ ਰਿਕੁਆਇਰਮੈਂਟਸ ਹੈਗੀਆਂ ਨੇ ਕਿ ਉਹ ਇੰਨਾ 5-7% ਤੇ ਕਰ ਰਹੇ ਨੇ ਕਿ ਜਾਂ ਫਿਰ ਉਹਨਾਂ ਵੱਲੋਂ ਹੁਣ ਵੱਧ ਗਈ ਰਿਕੁਆਇਰਮੈਂਟਸ? ਹਲੇ ਵੀ 5% ਤੇ ਤਾਂ ਹਲੇ ਕੰਟੀਨਿਊ ਹੈ ਜੀ, ਬਟ ਡਿਫਰੈਂਟ ਸਿਨੈਰੀਓ ਜੇ ਆਕਲੈਂਡ ਦੇ ਵਿੱਚ ਗੱਲ ਕੀਤੀ ਜਾਵੇ ਤਾਂ 5% ਦੇ ਉੱਤੇ ਤੁਸੀਂ ਘਰ ਲੈ ਸਕਦੇ ਹੋ, ਬਟ ਉਹਦੀਆਂ ਥੋੜੀਆਂ ਜਿਹੀਆਂ ਫਾਰਮੈਲਿਟੀਜ਼ ਨੇ। ਸਭ ਤੋਂ ਵੱਡੀ ਜਿਹੜੀ ਫਾਰਮੈਲਿਟੀ ਮੈਨੂੰ ਲੱਗਦੀ ਹੈਗੀ ਵੀ ਇਹ ਮਜ਼ਾਕ ਕੀਤਾ ਇਹਨਾਂ ਨੇ ਕਿ 5% ਦਾ ਜੇ ਤੁਸੀਂ ਘਰ ਲੈਣਾ 5% ਡਿਪੋਜ਼ਿਟ ਦੇ ਉੱਤੇ ਤਾਂ ਪਰਚੇਸ ਪ੍ਰਾਈਸ ਨਿਊ ਬਿਲਡ ਜਿਹੜੀ ਹੈ ਉਹ 700,000 ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਅੱਜ ਦੀ ਡੇਟ ਦੇ ਵਿੱਚ 700,000 ਨਿਊ ਬਿਲਡ ਆਕਲੈਂਡ ਦੇ ਵਿੱਚ ਬਾਏ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਤੇ ਜਿਹੜਾ ਸੈਕਿੰਡ ਹੈਂਡ ਹੋ ਜਿਹੜਾ ਐਗਜ਼ਿਸਟਿੰਗ ਪ੍ਰੋਪਰਟੀ ਹੈ ਉਹ ਐਗਜ਼ਿਸਟਿੰਗ ਪ੍ਰੋਪਰਟੀ ਨੂੰ ਤੁਸੀਂ ਦੇਖੋਗੇ ਤਾਂ 625,000 ਉਹਦੀ ਮੈਕਸੀਮਮ ਪਰਚੇਸ ਪ੍ਰਾਈਜ਼ ਹੈ, ਉਹ ਵੀ ਬਹੁਤ ਔਖਾ ਹੈਗਾ ਅੱਜ ਦੀ ਡੇਟ ਦੇ ਵਿੱਚ 625 ਦੇ ਅੰਦਰ ਤੁਸੀਂ ਫਸਟ ਹੋਮ
ਐਗਜ਼ਿਸਟਿੰਗ ਪ੍ਰੋਪਰਟੀ ਲੈਣੀ ਬਹੁਤ ਔਖੀ ਹੈ ਤਾਂ ਉਹ ਜਿਹੜੀਆਂ ਪਾਲਿਸੀਜ਼ ਤਾਂ ਹਲੇ ਵੀ ਅਵੇਲੇਬਲ ਨੇ ਲੇਕਿਨ ਮਾਰਕੀਟ ਸਿਨੈਰੀਓ ਬਹੁਤ ਜ਼ਿਆਦਾ ਚੇਂਜ ਹੋ ਗਿਆ ਤਾਂ ਉਹਦੇ ਕਰਕੇ ਉਹਨਾਂ ਨੂੰ ਮੁਸ਼ਕਿਲ ਹੋ ਰਹੀ ਹੈ 5% ਤੇ ਹਲੇ ਵੀ ਅਵੇਲੇਬਲ ਨੇ 7% 10% ਦੇ ਉੱਤੇ ਹਾਂ ਕੁਛ ਫੋਰਮੈਲਿਟੀਜ਼ ਨੇ ਉਹਨਾਂ ਨੂੰ ਚੈੱਕ ਕਰਨਾ ਪੈਂਦਾ ਵੀ ਹਾਂਜੀ ਵੀ ਉਹ ਫੁਲਫਿਲ ਕਰ ਰਹੇ ਨੇ ਕਿ ਨਹੀਂ ਕਰ ਰਹੇ ਬਟ ਹਲੇ ਵੀ ਅਵੇਲੇਬਲ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਹੁਣ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਜੇ ਪੁੱਛਿਆ ਜਾਵੇ ਵੈਸੇ ਤਾਂ ਫਿਊਚਰ ਕੋਈ ਵੀ ਨਹੀਂ ਦੱਸ ਸਕਦਾ ਪਰ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਮੁਸ਼ਕਲਾਂ ਹੈ ਫਸਟ ਹੋਮ ਬਾਇਰ ਲਈ ਵੱਧ ਰਹੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਜਾਂ ਉਸੇ ਤਰ੍ਹਾਂ ਹੀ ਸਮੂਥ ਰਹਿਣਗੀਆਂ? ਬਿਲਕੁਲ ਸਹੀ, ਤੁਸੀਂ ਜਿੱਦਾਂ ਕਿਹਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਸਾਨੂੰ ਕੁਛ ਨਹੀਂ ਪਤਾ ਜੀ, ਮੈਂ ਜੋ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਥੋੜਾ ਜਿਹਾ ਸਾਨੂੰ। ਸੋ ਬੈਂਕ ਦੀਆਂ ਪਾਲਿਸੀਜ਼ ਆ ਰਹੀਆਂ ਨੇ ਸਰ, ਮੈਂ ਤੁਹਾਨੂੰ ਰੀਸੈਂਟਲੀ ਦੱਸਦਾ ਇੱਕ ਬੈਂਕ ਜਿਹੜਾ RBNZ ਜੋ ਕਹਿ ਰਿਹਾ ਹੈ ਕਿ ਉਹਨਾਂ ਨੇ RBNZ ਨੇ ਜਿਹੜਾ ਡੈਟ ਟੂ ਇਨਕਮ ਰੇਸ਼ੋ ਹੈ DTI ਹੈ ਜਾਂ ਉਹਦੇ ਉੱਤੇ ਉਹਨਾਂ ਨੂੰ ਉਹ ਜਿਹੜੀ ਪਾਲਿਸੀ ਹੈ ਉਹ ਲਾਗੂ ਕਰਨੀ ਹੈ। ਜੇ ਉਹਨਾਂ ਨੇ ਉਹ ਲਾਗੂ ਕੀਤੀ ਜਿਹੜਾ ਕਿ ਇੱਕ ਵਨ ਆਫ ਦਾ ਮੇਜਰ ਬੈਂਕ ਜਿਹੜਾ ਮੇਨਸਟ੍ਰੀਮ ਬੈਂਕ ਨੇ ਉਹਨੇ ਆਲਰੇਡੀ ਆਪਣੇ ਉੱਤੇ ਸ਼ੁਰੂ ਕਰਤੀ ਅਕਤੂਬਰ ਦੇ ਵਿੱਚ, ਬ੍ਰੋਕਰਸ ਨੂੰ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਚੁੱਕੀ ਹੈ ਕਿ ਫਰੋਮ ਅਕਤੂਬਰ ਉਹਨਾਂ ਨੇ ਉਹ ਜਿਹੜੀ ਪਾਲਿਸੀ ਹੈ ਉਹ ਲਾਗੂ ਕਰ ਦੇਣੀ ਹੈ। ਉਹਦੇ ਵਿੱਚ ਕੀ ਹੋਏਗਾ ਕਿ ਉਹਨਾਂ ਨੇ ਇਨਕਮ ਪਰਸੈਂਟੇਜ ਦੇਖਣੀ ਹੈ ਕਿ ਤੁਹਾਡੀ ਇਨਕਮ ਕਿੰਨੀ, ਸਪੋਜ਼ 100,000 ਇੱਕ ਕਪਲ ਦੀ ਇਨਕਮ ਹੈ ਸਾਲ ਦੀ, ਤਾਂ ਉਹਦੇ ਤੇ ਮੈਕਸੀਮਮ ਉਹਨਾਂ ਨੇ 6-7% ਜੋ ਵੀ ਉਹਨਾਂ ਦੀ ਪਾਲਿਸੀ ਆਏਗੀ, ਮੈਨੂੰ ਨੀ ਪਤਾ ਕੀ ਹੈਗੀ ਪਾਲਿਸੀ, ਵੀ 19% ਤੱਕ ਹੀ ਤੁਸੀਂ ਲੈ ਸਕਦੇ। ਉਸ ਤੋਂ ਉੱਪਰ ਭਾਵੇਂ ਤੁਹਾਡੀ ਸਰਵਿਸਿੰਗ ਬਣਦੀ ਹੈ ਜੋ ਮਰਜ਼ੀ ਹੈ, ਲੇਕਿਨ ਉਸ ਤੋਂ ਉੱਪਰ ਉਹਨਾਂ ਨੇ ਤੁਹਾਨੂੰ ਲੋਨ ਨਹੀਂ ਦੇਣਾ। ਤੇ ਉਹ ਜੇ ਉਹ ਲਾਗੂ ਹੋ ਜਾਂਦੀ ਹੈ ਤਾਂ ਉਹਦੇ ਲਾਗੂ ਹੋਣ ਦੇ ਉੱਤੇ ਫਸਟ ਹੋਮ ਬਾਇਰ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਿਲ ਆ ਸਕਦੀ ਹੈ। ਤੇ ਜੋ ਪਾਲਿਸੀਜ ਚੇਂਜ ਹੋ ਰਹੀ ਹੈ ਉਹਨਾਂ ਦੇ ਨਾਲ ਵੀ ਚੇਂਜਿਸ ਆਏਗੀ। ਭਾਜੀ ਮਾਰਕੀਟ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਹਾਈ ਗਈ ਹੈ ਜੇ ਪਿਛਲਾ ਰਿਕਾਰਡ ਦੇਖੀਏ ਤਾਂ, ਤੇ ਤੁਸੀਂ ਇਹਨੂੰ ਕੀ ਵਜ੍ਹਾ ਇਹਦੀ ਮੰਨਦੇ ਹੋ ਕਿ ਕਿਉਂ ਇੰਨੀ ਜ਼ਿਆਦਾ ਡੇ ਬਾਏ ਡੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇੱਕ ਇੱਕ ਦਿਨ ਜਿਹੜਾ ਹੈ ਉਹ ਮਾਰਕੀਟ ਨੂੰ ਅਪ ਕਰਦਾ ਜਾ ਰਿਹਾ, ਕੀ ਇਹਦੀ ਵਜ੍ਹਾ ਕੀ ਹੈ, ਕੀ ਕਾਰਨ ਨੇ? ਸਭ ਤੋਂ ਵੱਡਾ ਕਾਰਨ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਮੈਂ ਇਕਨੋਮਿਸਟ ਨਹੀਂ ਹਾਂ, ਮੈਂ ਗਲਤ ਵੀ ਹੋ ਸਕਦਾ, ਮੈਨੂੰ ਜਿੱਥੋਂ ਤੱਕ ਲੱਗਦਾ ਹੈਗਾ ਕਿ ਇੱਕ ਜਲਦੀ ਕਰੋ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹ ਸੀਗਾ ਜਦੋਂ ਫਸਟ ਲੋਕਡਾਊਨ ਲੱਗਿਆ ਸੀ, ਲੋਕਡਾਊਨ ਤੋਂ ਬਾਅਦ ਬੈਂਕਸ ਵੀ ਤੇ RBNZ ਵੀ ਸਾਰੇ ਪੈਨਿਕ ਮੋਡ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ LVR ਰੇਸ਼ੋ ਹੈ ਉਹ ਚੇਂਜ ਕੀਤੀ, ਸੈਕਿੰਡ ਹੋਮ ਬਾਏ ਕਰਨ ਬਾਏ ਦਾ 20% LVR ਚੇਂਜ ਕਰਤੀ। ਉਹਦੇ ਨਾਲ ਕੀ ਹੋ ਗਿਆ ਕਿ ਇੱਕੋ ਦਮ ਬਹੁਤ ਜ਼ਿਆਦਾ ਜਿਹੜੇ ਇਨਵੈਸਟਰ ਸੀਗੇ ਉਹ ਅਵੇਲੇਬਲ ਹੋ ਗਏ ਮਾਰਕੀਟ ਦੇ ਵਿੱਚ, ਜਿਹੜੇ ਕਿ ਮਤਲਬ ਬਾਏ ਕਰ ਸਕਦੇ ਸੀਗੇ ਕਾਰ, ਤਾਂ ਉਹ ਉਹਨਾਂ ਦੀ ਅਵੇਲੇਬਿਲਿਟੀ ਕਰਕੇ ਕੀ ਹੈ ਮਾਰਕੀਟ ਕਾਫੀ ਉੱਤੇ ਚਲੀ। ਉਸ ਤੋਂ ਬਾਅਦ ਇਹੀ ਸਭ ਤੋਂ ਵੱਡਾ ਕਾਰਨ ਜਿਹੜਾ ਹੈ, ਜਦੋਂ ਉਹ ਉੱਪਰ ਗਈ ਤੇ ਲੋਕਡਾਊਨ ਦੇ ਨਾਲ ਪੈਨਿਕ ਮੋਡ ਦੇ ਵਿੱਚ ਬੈਂਕਸ ਨੇ ਜਿਹੜੀਆਂ ਆਪਣੀਆਂ ਪਾਲਿਸੀਜ਼ ਜਿਹੜੀਆਂ ਉਹ ਚੇਂਜ ਕੀਤੀਆਂ, ਬਹੁਤ ਈਜ਼ੀ ਮੋਡ ਦੇ ਵਿੱਚ ਚਲੇ ਗਏ, ਇੰਟਰਸਟ ਰੇਟਸ ਡਾਊਨ ਹੋ ਗਏ, ਇਹ ਸਾਰੇ ਜਿਹੜੇ ਰੀਜ਼ਨ ਨੇ ਇਹ ਸਾਰੇ ਕੰਟਰੀਬਿਊਟ ਕਰਦੇ ਨੇ ਮਾਰਕੀਟ ਨੂੰ ਉੱਤੇ ਕਰਨ ਦੇ। ਤੇ ਬਾਕੀ ਹੁਣ ਅੱਗੇ ਕੀ ਹੋਣਾ ਹੈ, ਕਿਸ ਤਰੀਕੇ ਦੇ ਨਾਲ ਜਾਏਗੀ ਸਾਨੂੰ ਕੁਛ ਨੀ ਪਤਾ ਜੀ, ਇਸ ਚੀਜ਼ ਦੇ ਬਾਰੇ ਵੀ ਕਿਸ ਤਰੀਕੇ ਦੇ ਨਾਲ ਚੇਂਜ ਆਏਗਾ। RBNZ ਨੇ ਜਿਨ ਲੋਕਡਾਊਨ ਲੱਗਿਆ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ OCR ਚੇਂਜ ਕਰਨੀ ਸੀਗੀ, ਅਨਾਊਂਸਮੈਂਟ ਵੀ ਹੋ ਗਈ, ਕਈ ਬੈਂਕਸ ਨੇ ਤਾਂ ਆਪਣੀਆਂ ਇੰਟਰਸਟ ਰੇਟ ਵੀ ਚੇਂਜ ਕਰਤੇ। ਵਨ ਆਫ ਦਾ ਬੈਂਕ ਮੈਂ ਤੁਹਾਨੂੰ ਦੱਸਦਾ, ਉਹਨੇ ਆਪਣਾ ਇੰਟਰਸਟ ਰੇਟ ਅਨਾਊਂਸ ਕਰਤਾ ਸੀ 2.69% ਇੱਕ ਸਾਲ ਦਾ, ਲੇਕਿਨ ਉਸੀ ਕਿਉਂਕਿ ਲੋਕਡਾਊਨ ਹੋ ਗਿਆ ਉਹਨਾਂ ਨੇ ਸਟੈਪ ਬੈਕ ਕੀਤਾ, OCR ਚੇਂਜ ਨਹੀਂ ਕੀਤੀ, ਬੈਂਕਸ ਨੇ ਵੀ ਆਪਣੇ ਚੇਂਜ ਕਰਤੇ ਵਾਪਸ ਲੈ ਲਏ 2.5 ਤੇ ਆ ਗਏ ਵਾਪਸ ਉਹ। ਤੇ ਹੁਣ ਆਹ ਲੋਕਡਾਊਨ ਕਿੰਨੀ ਦੇਰ ਤੱਕ ਚੱਲਦਾ, ਕਿੰਨੀ ਦੇਰ ਤੱਕ ਅੱਗੇ ਜਾ ਕੇ ਇਹਦੇ ਸੋਲੂਸ਼ਨ ਕੀ ਨਿਕਲਦੇ ਨੇ, ਲੋਕੀ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੇ ਨੇ, ਕਿੰਨਾ ਕੰਫੀਡੈਂਸ ਆਉਂਦਾ ਬਿਜ਼ਨਸ ਆਪਣੇ ਆਪਣੇ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਰਿਟੇਨ ਕਰਨ ਦਾ, ਉਹ ਕਿੰਨਾ ਕੰਫੀਡੈਂਸ ਆਉਂਦਾ, ਲੋਕੀ ਕਿੰਨਾ ਕੁ ਜਾ ਕੇ ਬਾਹਰ ਖਰਚਾ ਕਰਦੇ ਨੇ, ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰੇਗਾ ਅੱਗੇ ਜਾ ਕੇ ਮਾਰਕੀਟ ਨੂੰ ਕੀ ਹੋਏਗਾ। ਲੇਕਿਨ ਜਿਹੜੇ ਹੁਣ ਹਾਲਾਤ ਚੱਲਦੇ ਪਏ ਨੇ ਇਸ ਟਾਈਮ, ਜੇ ਬੈਂਕਸ ਪਾਲਿਸੀਜ਼ ਚੇਂਜ ਨਹੀਂ ਕਰਦਾ ਤਾਂ ਅੱਗੇ ਜਾ ਕੇ ਮਾਰਕੀਟ ਥੋੜ੍ਹੀ ਜਿਹੀ ਚੇਂਜ ਆਉਂਦੀ ਲੱਗਦੀ ਹੈ, ਬਟ ਹਾਂ ਅਗੇਨ ਸਰ ਮੈਨੂੰ ਕੁਛ ਨਹੀਂ ਪਤਾ ਵੀ ਐਂਡ ਆਫ ਦਾ ਡੇ ਕੀ ਹੋਣਾ ਕੀ ਨਹੀਂ ਹੋਣਾ।
ਬਿਲਕੁਲ ਜੀ। ਅੱਛਾ ਭਾਜੀ, ਇੱਕ ਨੋਰਮਲ ਜੀ ਗੱਲ ਹੁੰਦੀ ਹੈ, ਜਦੋਂ ਵੀ ਕਿਸੇ ਫਰੈਂਡ ਸਰਕਲ 'ਚ ਗੱਲ ਕਰੀਏ ਤਾਂ ਅਗਲਾ ਕਹਿੰਦਾ ਕਿ ਮੈਂ ਜਿਹੜੀ ਪ੍ਰੋਪਰਟੀ ਹੈ ਇੰਨੇ ਦੀ ਲਈ ਸੀ, ਹੁਣ ਮੇਰੀ ਪ੍ਰੋਪਰਟੀ ਇੰਨੇ ਦੀ ਹੋ ਗਈ ਹੈ ਤੇ ਇੰਨੀ ਇਕੁਇਟੀ ਮੇਰੀ ਇਸ ਟਾਈਮ ਬਣ ਗਈ ਹੈ ਤੇ ਮੈਂ ਇੰਨੇ ਦਾ ਘਰ ਅੱਗੇ ਲੈ ਸਕਦਾ ਵਾਂ। ਮੈਂ ਤਾਂ ਸਵਾਲ ਮੇਰਾ ਇਹ ਹੈਗਾ ਕਿ ਵੀ ਇੱਕ ਤਾਂ ਇਕੁਇਟੀ ਹੋ ਗਈ ਵੀ ਉਹਦੇ ਹਿਸਾਬ ਨਾਲ ਬੰਦਾ ਅੱਗੇ ਵੱਧ ਸਕਦਾ ਹੈ, ਉਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ ਜਿਹੜੀਆਂ ਬੈਂਕ ਦੇਖਦਾ? ਜ਼ਰੂਰੀ ਨਹੀਂ ਕਿ ਤੁਹਾਡੀ 3 ਲੱਖ ਜਾਂ 4 ਲੱਖ ਜਾਂ 5 ਲੱਖ ਇਕੁਇਟੀ ਬਣ ਗਈ ਹੈ ਤੇ ਤੁਸੀਂ ਉਹਦੇ ਬੇਸ ਤੇ 20% ਦੇ ਹਿਸਾਬ ਨਾਲ ਘਰ ਅੱਗੇ ਜਾਂ 30% ਜਿੰਨਾ ਵੀ ਬੈਂਕ ਅਲਾਓ ਕਰੇ ਤੁਸੀਂ ਘਰ ਲੈ ਸਕਦੇ ਹੋ। ਹੋਰ ਕਿਹੜੀਆਂ ਕਿਹੜੀਆਂ ਬੈਂਕ ਜਿਹੜੀਆਂ ਨੇ ਉਹ ਤੁਹਾਡੇ ਵੱਲੋਂ ਸਰਵਿਸਿਜ਼ ਦੇਖਦਾ ਕਿ ਇਹ ਐਲੀਜੀਬਲ ਹੈਗੇ ਨੇ ਤਾਂ ਹੀ ਚੱਲ ਸਕਦੇ, ਕੱਲਾ ਇਕੁਇਟੀ ਦੇ ਬੇਸ ਤੇ ਆਪਾਂ ਘਰ ਅੱਗੇ ਲੈ ਸਕਦੇ? ਜੀ, ਇਕੁਇਟੀ ਕੱਲੀ ਨਹੀਂ, ਇਨਕਮ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਤੁਹਾਡੀ ਇਨਕਮ ਕਿੰਨੀ ਹੈਗੀ ਔਰ ਤੁਸੀਂ ਕਿੰਨੀ ਦੇਰ ਤੋਂ ਇਨਕਮ ਤੁਹਾਡੀ ਜਿਹੜੀ ਹੈਗੀ ਹੈ ਬੰਦੀ ਆ ਰਹੀ ਹੈ ਔਰ ਕਿੱਦਾਂ ਤੁਸੀਂ ਗਰੋ ਕਰ ਰਹੇ ਹੋ, ਅੱਗੇ ਪ੍ਰੋਸਪੈਕਟਸ ਕੀ ਤੁਹਾਡੇ ਅੱਗੇ ਫਿਊਚਰ ਪ੍ਰੋਸਪੈਕਟਸ ਕੀ ਨੇ ਉਸ ਇਨਕਮ ਨੂੰ ਗਰੋ ਕਰਨ ਦੇ, ਉਹ ਚੀਜ਼ ਚੈੱਕ ਕਰਦੇ ਨੇ। ਪਲੱਸ ਤੁਹਾਡਾ ਡੈਟ ਕਿੰਨਾ, ਉਹਦੇ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਕਿ ਤੁਹਾਡੇ ਕ੍ਰੈਡਿਟ ਕਾਰਡ, ਤੁਹਾਡੇ ਬਾਕੀ ਹੋਰ ਲੋਨਸ ਕਿੰਨੇ ਨੇ, ਉਹਨਾਂ ਦੇ ਉੱਤੇ ਆਹ ਦੋ ਚੀਜ਼ਾਂ ਦੇ ਉੱਤੇ ਸਭ ਤੋਂ ਜ਼ਿਆਦਾ, ਔਰ ਤੁਹਾਡੇ ਖਰਚੇ ਕਿੱਦਾਂ ਦੇ ਨੇ, ਕਿੰਨੇ ਖਰਚੇ ਨੇ ਤੁਹਾਡੇ ਔਰ ਕਿੱਦਾਂ ਦੇ ਖਰਚੇ ਨੇ, ਇਸ ਚੀਜ਼ ਨੂੰ ਵੀ ਬੈਂਕ। ਇੱਕ ਮੈਂ ਸਵਾਲ ਜਾਂਦੇ ਜਾਂਦੇ ਜ਼ਰੂਰ ਪੁੱਛਾਂਗਾ ਕਿ ਪ੍ਰਾਈਵੇਟ ਲੈਂਡਰ ਜਿਹੜੇ ਹੁੰਦੇ ਨੇ ਉਹਨਾਂ ਦਾ ਕੀ ਵਰਕ, ਉਹ ਕਿਸ ਤਰ੍ਹਾਂ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਅਗਰ ਤੁਹਾਨੂੰ ਬੈਂਕ ਨਹੀਂ ਲੋਨ ਦਿੰਦਾ ਤੇ ਪ੍ਰਾਈਵੇਟ ਲੈਂਡਰ ਕੋਲੋਂ ਆਪਾਂ ਲੋਨ ਲੈ ਸਕਦੇ ਹਾਂ, ਉਹਦੇ ਵਿੱਚ ਥੋੜਾ ਐਕਸਪਲੇਨ ਕਰਦੇ ਜਾਓ ਕਿ ਪ੍ਰਾਈਵੇਟ ਲੈਂਡਰ ਈਜ਼ੀ ਹੁੰਦਾ ਹੈ ਉਹਨਾਂ ਕੋਲ ਲੋਨ ਲੈਣਾ ਕਿ ਜਾਂ ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਵੀ ਬੈਂਕ ਦੇ ਜਿੱਦਾਂ ਦੀਆਂ ਬੈਂਕ ਦੀਆਂ ਉਦਾਂ ਦੀਆਂ ਹੁੰਦੀਆਂ ਨੇ ਕਿ ਜਾਂ ਥੋੜੀਆਂ ਜਿਹੀਆਂ ਸੁਖਾਵੀਆਂ ਹੁੰਦੀਆਂ ਨੇ। ਇੱਕ ਚੀਜ਼ ਮੈਂ ਇੱਥੇ ਕਹਿਣਾ ਚਾਹਾਂਗਾ ਸ਼ਰਨ ਜੀ, ਮੈਂ ਕਦੀ ਵੀ ਰਿਕਮੈਂਡ ਨਹੀਂ ਕਰਦਾ ਕਿ ਪ੍ਰਾਈਵੇਟ ਲੈਂਡਰ ਦੇ ਕੋਲ ਜਾਓ, ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਹੈ ਉਹਦਾ ਇੰਟਰਸਟ ਰੇਟ ਕਾਫੀ ਹਾਈ ਹੁੰਦਾ। ਮੈਂ ਕਈ ਐਸੇ ਆਪਣੇ ਕਸਟਮਰਸ ਦੇਖੇ ਨੇ ਵੀ ਜਿਹੜੇ ਕਿ ਪਹਿਲਾਂ ਮੇਨ ਸਟ੍ਰੀਮ ਬੈਂਕ ਵੱਲ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹ ਪ੍ਰਾਈਵੇਟ ਬੈਂਕ ਕੋਲ ਜਾਂਦੇ ਨੇ, ਤੇ ਪ੍ਰਾਈਵੇਟ ਬੈਂਕ ਦੇ ਕੋਲ ਜਾ ਕੇ ਉਹਨਾਂ ਦਾ ਇੰਟਰਸਟ ਰੇਟ ਕਾਫੀ ਉੱਤੇ ਚੱਲ ਜਾਂਦੇ ਨੇ ਤੇ ਫਿਰ ਬਾਅਦ ਚੋਂ ਸਟਰਗਲ ਕਰਦੇ ਨੇ ਕੰਫਰਟੇਬਲੀ ਜਿਹੜੀ ਹੈਗੀ ਹੈ ਆਪਣੇ ਲੋਨ ਲੈ ਸਕਦੇ ਹੋ ਮੇਨ ਸਟ੍ਰੀਮ ਬੈਂਕ ਤੋਂ ਤਾਂ ਹੀ ਲਓ। ਬਾਕੀ ਹਾਂਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪ੍ਰਾਈਵੇਟ ਲੈਂਡਰ ਜਿਹੜਾ ਹੈ ਉਹਨਾਂ ਦੀਆਂ ਜਿਹੜੀਆਂ ਪਾਲਿਸੀ ਹੁੰਦੀਆਂ ਲੀਨੀਅੰਟ ਹੁੰਦੀਆਂ, ਸਖਤਾਈ ਦੇ ਨਾਲ ਨਹੀਂ ਦੇਖਦੇ ਜਿੱਦਾਂ ਮੇਨ ਸਟ੍ਰੀਮ ਬੈਂਕ ਚੈੱਕ ਕਰਦਾ ਹੈ। ਲੇਕਿਨ ਉਹਨਾਂ ਦਾ ਸਭ ਤੋਂ ਵੱਡਾ ਡਰੋਬੈਕ ਜਿਹੜਾ ਹੈ ਉਹ ਇਹ ਹੈ ਕਿ ਉਹਨਾਂ ਦਾ ਇੰਟਰਸਟ ਰੇਟ ਜਿਹੜਾ ਨਾਰਮਲ ਬੈਂਕ ਨਾਲੋਂ ਉੱਤੇ ਹੁੰਦਾ, ਉਹ ਜ਼ਿਆਦਾ ਹਾਈ ਹੁੰਦਾ ਹੈ। ਕਿੰਨਾ ਕੁ ਫਰਕ ਹੁੰਦਾ ਹੈ? ਅਲੱਗ ਅਲੱਗ ਹੈ ਸਰ, ਡਿਪੈਂਡ ਕਰਦਾ ਕਿਸ ਤਰੀਕੇ ਦਾ ਤੁਸੀਂ ਲੋਨ ਲੈ ਰਹੇ ਹੋ। ਜੇ ਆਪਾਂ 20% ਦੀ ਗੱਲ ਕਰੀਏ ਤਾਂ ਐਟਲੀਸਟ 1.5 ਤੋਂ 2% ਐਟਲੀਸਟ ਫਰਕ ਹੁੰਦਾ ਹੀ ਹੁੰਦਾ, ਮਿਨੀਮਮ ਤੁਹਾਡੀ ਸਿਚੁਏਸ਼ਨ। ਹਾਂਜੀ, ਮਿਨੀਮਮ, ਬਾਕੀ ਡਿਪੈਂਡ ਕਰਦਾ ਹੈ ਕਸਟਮਰ ਦੀ ਸਿਚੁਏਸ਼ਨ ਦੇ ਉੱਤੇ, ਉਹਦੇ ਕੋਲ ਕਿੰਨੇ ਕੁ ਡੈਟ ਨੇ, ਉਹਦੇ ਕੋਲ ਕੋਈ ਪੁਰਾਣਾ ਕੋਈ ਐਸਾ ਇਸ਼ੂ ਹੋਇਆ ਕਿ ਜਿਹੜਾ ਕਿ ਉਹ ਡੈਟ ਆਪਣਾ ਵਾਪਸ ਨਹੀਂ ਕਰ ਪਾਇਆ, ਤੇ ਉਹ ਚੀਜ਼ਾਂ ਵੀ ਇਹਦੇ ਵਿੱਚ ਮੈਟਰ ਕਰਦੀਆਂ, ਤੇ ਉਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਇੰਟਰਸਟ ਰੇਟ ਜਿਹੜਾ ਹੈਗਾ ਉਹ ਵਧਾਉਣ ਦੇ ਵਿੱਚ ਉਹਨਾਂ ਨੂੰ, ਉਹ ਡਿਪੈਂਡ ਕਰਦਾ ਉਸ ਪਾਲਿਸੀ ਦੇ ਉੱਤੇ। ਤਾਂ ਇਟਸ ਨੋਟ ਸਟ੍ਰੇਟ ਫਾਰਵਰਡ, ਬਟ ਇੰਟਰਸਟ ਰੇਟ ਜਿਹੜਾ ਹੈਗਾ ਕਾਫੀ ਹਾਈ ਹੁੰਦਾ ਹੈ, ਚਾਹੇ ਲੋਕਡਾਊਨ 4 ਦੇ ਚੱਲਦਿਆਂ ਸਰਵਿਸਿਜ਼ ਦੀ ਗੱਲ ਹੈ ਕਿ ਜਾਂ ਹੋਰ ਵੀ ਕੋਈ ਤੁਹਾਡੇ ਮਨ ਚ ਗੱਲ ਹੋਵੇ। ਹਾਂਜੀ, ਆਪਣਾ ਇੱਕ ਕੁਐਸਚਨ ਵਿੱਚ ਰਹਿ ਗਿਆ ਸੀ, ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੀ ਕੋਈ ਚਾਰਜਿਸ ਨਹੀਂ ਹੈ, ਸਾਡੀ ਸਰਵਿਸ ਨਹੀਂ ਹੈ। ਨਾਲੇ ਮੈਂ ਇੱਕ ਚੀਜ਼ ਹੋਰ ਦੱਸਾਂਗਾ ਕਿ ਜਦੋਂ ਤੁਸੀਂ ਬ੍ਰੋਕਰ ਦੇ ਨਾਲ ਕੰਮ ਕਰਦੇ ਹੋ, ਤੁਹਾਡਾ ਲੋਨ ਜਿਹੜਾ ਹੈ ਉਹ 30 ਈਅਰਸ ਦਾ ਹੁੰਦਾ, ਰਾਈਟ? 30 ਈਅਰਸ ਦਾ ਸਟਾਰਟ ਹੁੰਦਾ, ਲੇਕਿਨ ਐਂਡ ਆਫ ਦਾ ਡੇ ਕਈ ਲੋਕੀ ਉਹਨੂੰ 5 ਸਾਲਾਂ 10 ਸਾਲਾਂ 15 ਸਾਲਾਂ ਦੇ ਵਿੱਚ 20 ਸਾਲਾਂ ਦੇ ਵਿੱਚ ਖਤਮ ਕਰ ਦਿੰਦੇ ਨੇ, ਉਹ ਡਿਪੈਂਡ ਕਰਦਾ ਹਰ ਇੱਕ ਦੀ ਸਿਚੁਏਸ਼ਨ। ਲੇਕਿਨ ਜਦੋਂ ਤੁਸੀਂ ਇੱਕ ਬ੍ਰੋਕਰ ਦੇ ਨਾਲ ਜੁੜ ਜਾਂਦੇ ਹੋ ਤਾਂ ਉਹ ਜਦੋਂ ਤੱਕ ਤੁਹਾਡਾ ਲੋਨ ਟਰਮ ਚੱਲਦਾ ਉਦੋਂ ਤੱਕ ਤੁਹਾਡਾ ਉਸ ਬ੍ਰੋਕਰ ਦੇ ਨਾਲ ਰਿਲੇਸ਼ਨ ਜਿਹੜਾ ਹੈਗਾ ਉਹ ਏਦਾਂ ਹੀ ਚੱਲਦਾ ਰਹਿੰਦਾ। ਤੇ ਸਾਡੀ ਜਿਹੜੀ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਬਿਲਕੁਲ ਫ੍ਰੀ ਨੇ। ਇਟ ਡਜ਼ਨਟ ਮੈਟਰ ਕਿ ਤੁਸੀਂ ਅੱਜ ਲੋਨ ਲੈ ਲਿਆ, ਤੁਸੀਂ ਘਰ ਲੈ ਲਿਆ, ਚਾਬੀ ਮਿਲ ਗਈ, ਤੁਸੀਂ ਉੱਥੇ ਹੈਪੀਲੀ ਯੂ ਸਟਾਰਟ ਸਟੇਇੰਗ ਓਵਰ ਦੇਅਰ। ਇਹ ਨਹੀਂ ਹੈਗਾ ਕਿ ਉਸ ਤੋਂ ਬਾਅਦ ਅਸੀਂ ਤੁਹਾਨੂੰ ਕੰਟੈਕਟ ਨਹੀਂ ਕਰਨਾ, ਨਹੀਂ। ਅਸੀਂ ਜਿਹੜਾ ਸਟਰਕਚਰ ਬਣਾਉਣਾ, ਜੇ 1 ਸਾਲ ਦਾ ਫਿਕਸ ਕੀਤਾ, 2 ਸਾਲ ਦਾ ਫਿਕਸ ਕੀਤਾ, ਅਸੀਂ ਆਪਣੇ ਸਿਸਟਮ ਦੇ ਵਿੱਚ ਪਾਉਣਾ, ਤੇ ਉਹਦੇ 45 ਦਿਨ ਜਦੋਂ ਉਹਨੇ ਐਕਸਪਾਇਰ ਹੋਣਾ, 45 ਡੇਜ਼ ਪਹਿਲਾਂ ਸਾਡੀ ਈਮੇਲ ਆ ਜਾਣੀ ਹੈ ਜਾਂ ਫੋਨ ਕਾਲ ਆ ਜਾਣਾ ਕਿ ਹਾਂਜੀ ਵੀ ਹੁਣ ਤੁਹਾਡੀ ਸਿਚੁਏਸ਼ਨ ਕੀ ਹੈਗੀ, ਕਿਆ ਕੋਈ ਇਨਕਮ ਚੇਂਜ ਹੋਈ ਹੈ,
ਕਿਆ ਤੁਸੀਂ ਹੋਰ ਲੋਨ ਲੈਣਾ ਚਾਹੁੰਦੇ ਹੋ ਜਾਂ ਕੋਈ ਡੈਟ ਲਿੱਤਾ ਹੈ ਔਰ ਕਾਰ ਲੋਨ ਵਗੈਰਾ ਉਹਨੂੰ ਕੰਸੋਲੀਡੇਟ ਕਰਨਾ ਤਾਂ ਸਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਨਾ ਉਹ ਲੌਂਗ ਟਰਮ ਰਿਲੇਸ਼ਨਸ਼ਿਪ ਹੈ ਮੈਨੂੰ 4 ਸਾਲ ਹੋ ਗਏ ਸਰ ਕੰਮ ਕਰਦੇ ਹੋਏ ਤੇ 4 ਸਾਲਾਂ ਤੋਂ ਜਿਹੜੇ ਵੀ ਲੋਕਾਂ ਨਾਲ ਮੈਂ ਕੰਮ ਕਰ ਰਿਹਾ ਸੀਗਾ ਉਹ ਦੂਸਰਾ ਤੀਸਰਾ ਚੌਥਾ ਕੰਮ ਲੈ ਚੁੱਕੇ ਨੇ ਵੈਰੀ ਗੁੱਡ ਕੰਮ ਕਰ ਰਹੇ ਜਿਵੇਂ ਦੱਸ ਰਹੇ ਸੀਗੇ ਕਿ ਲੋਨ ਦੀ ਕਿਸ਼ਤ ਜਿਹੜੀ 30 ਸਾਲ ਜਾਂ 25 ਸਾਲ ਦੀ ਜਿੰਨੀ ਬਣਦੀ ਹੈ ਪਰ ਮੈਨੂੰ ਲੱਗਦਾ ਵੀ ਕਿ ਉਸ ਲੋਨ ਨੂੰ 30 ਸਾਲ ਨਾ ਗਿਣ ਕੇ ਤੁਸੀਂ 10 ਸਾਲ 15 ਸਾਲ ਜਾਂ 18 ਸਾਲ ਦੇ ਵਿੱਚ ਅਗਰ ਉਸ ਲੋਨ ਨੂੰ ਪੂਰਾ ਕਰਨਾ ਚਾਹੁੰਦੇ ਹੋ ਤੇ ਇੱਕ ਵਧੀਆ ਮੋਰਗੇਜ ਬ੍ਰੋਕਰ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਹੱਥ ਹੁੰਦਾ ਹੈ ਉਹ ਵਧੀਆ ਮੋਰਗੇਜ ਬ੍ਰੋਕਰ ਹੀ ਤੁਹਾਨੂੰ ਸਲਾਹ ਦੇ ਸਕਦਾ ਹੈ ਤੁਸੀਂ ਉਸ ਲੋਨ ਨੂੰ ਕਿੱਦਾਂ ਜਲਦੀ ਉਤਾਰਨਾ ਹੈ ਬਿਲਕੁਲ ਹੋ ਸਕਦਾ ਹੈ ਆਮ ਗੋਲਸ ਸੈੱਟ ਕੀਤੇ ਜਾ ਸਕਦੇ ਨੇ ਗੋਲਸ ਦੇ ਉੱਤੇ ਚੱਲਣਾ ਨਹੀਂ ਚੱਲਣਾ ਤੁਹਾਡੇ ਉੱਤੇ ਹੈ ਬਟ ਹਾਂ ਗੋਲਸ ਬਿਲਕੁਲ ਸੈੱਟ ਕੀਤੇ ਜਾਂਦੇ ਨੇ ਤੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਲੋਕਾਂ ਨੇ 5 ਸਾਲ 10 ਸਾਲਾਂ ਦੇ ਵਿੱਚ ਆਪਣੇ ਜਿਹੜੇ ਲੋਨਸ ਨੇ ਪੇ ਬੈਕ ਕੀਤੇ ਨੇ ਹਾਂਜੀ ਇਟ ਡਿਪੈਂਡਸ ਔਨ ਦੇ ਸਿਚੁਏਸ਼ਨ ਔਨ ਦੇ ਫਾਈਨੈਂਸ਼ੀਅਲ ਸਿਚੁਏਸ਼ਨ ਅਲੋਟ ਤਾਂ ਇਸ ਕਰਕੇ ਇੱਕ ਜਦੋਂ ਤੁਸੀਂ ਇੱਕ ਬ੍ਰੋਕਰ ਦੇ ਨਾਲ ਕੰਮ ਕਰਦੇ ਹੋ ਅਸੀਂ ਸਾਡਾ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਫਸਟ ਹੋਮ ਬਾਇਰ ਨੇ ਜਦੋਂ ਉਹ ਸਾਡੇ ਕੋਲ ਆਈਏ ਅਸੀਂ ਉਹਨਾਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਦੇਈਏ ਉਹਨਾਂ ਨੂੰ ਇੰਨਾ ਜ਼ਿਆਦਾ ਜਾਣਕਾਰੀ ਦੇਈਏ ਕਿ ਤਾਂ ਕਿ ਜਦੋਂ ਉਹਨਾਂ ਨੇ ਸੈਕਿੰਡ ਹੋਮ ਬਾਏ ਕਰਨਾ ਉਹ ਆਉਣ ਤਾਂ ਸਾਡੇ ਕੋਲ ਹੀ ਲੇਕਿਨ ਉਹ ਅੱਧੇ ਤੋਂ ਜ਼ਿਆਦਾ ਆਪਣਾ ਪ੍ਰਿਪੇਅਰ ਹੋ ਕੇ ਆਉਣ ਕਿ ਹਾਂਜੀ ਕਿ ਮੈਨੂੰ ਹੁਣ ਲੋਨ ਲੈਣਾ ਤਾਂ ਮੈਂ ਆਪਣੇ ਫਾਈਨੈਂਸ਼ੀਅਲ ਜਿਹੜੇ ਹੈਗੇ ਉਹ ਪਹਿਲੇ ਹੀ ਸੈੱਟ ਕਰਨੇ ਸ਼ੁਰੂ ਕਰਦਾ ਮੈਂ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਮੇਨਟੇਨ ਇੱਦਾਂ ਕਰਕੇ ਰੱਖਾਂ ਆਪਣੇ ਆਪਣੇ ਅਕਾਊਂਟ ਜਿਹੜੇ ਨੇ ਮੈਨੂੰ ਬਾਅਦ ਦੇ ਵਿੱਚ ਲੋਨ ਲੈਣਾ ਕੋਈ ਔਖਾ ਨਾ ਹੋਵੇ ਇਸ ਕਰਕੇ ਅਸੀਂ ਕੀ ਕਰਦੇ ਹਾਂ ਕੋਸ਼ਿਸ਼ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਕਲੋਜ਼ਲੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਹੋ ਸਕਦੀ ਹੈ ਉਨੀ ਜ਼ਿਆਦਾ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਬਿਲਕੁਲ ਜਤਿੰਦਰ ਭਾਜੀ ਜਾਂਦੇ ਜਾਂਦੇ ਮੈਂ ਕਹਾਂਗਾ ਕਿ ਤੁਸੀਂ ਆਪਣੇ ਕੰਟੈਕਟ ਨੰਬਰਸ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਤੁਹਾਨੂੰ ਰਾਬਤਾ ਕਾਇਮ ਕਰ ਸਕਦੇ ਨੇ ਸਾਡੇ ਦਰਸ਼ਕ ਉਹਦੇ ਬਾਰੇ ਵੀ ਜ਼ਰੂਰ ਸ਼ੇਅਰ ਕਰਦੇ ਜਾਓ ਤੇ ਲੈਵਲ ਜਦੋਂ ਡਾਊਨ ਹੁੰਦਾ ਹੈ ਉਦੋਂ ਵਿਜ਼ਿਟ ਕਿੱਥੇ ਕਰ ਸਕਦੇ ਨੇ ਉਹਦੇ ਬਾਰੇ ਵੀ ਜ਼ਰੂਰ ਦੱਸੋ ਬਿਲਕੁਲ ਸਰ ਬਿਲਕੁਲ ਸਾਡਾ ਫੋਨ ਨੰਬਰ ਹੈ ਜੀ ਲੈਂਡਲਾਈਨ ਨੰਬਰ ਹੈ 9033602 ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ ਆਫਿਸ ਬੇਸਡ ਹੈ ਜੀ ਕੈਵੈਂਡਿਸ਼ ਡਰਾਈਵ ਦੇ ਉੱਤੇ ਮੈਨੂੰ ਕਹੋ ਤੁਸੀਂ ਕੈਵੈਂਡਿਸ਼ ਡਰਾਈਵ ਬੀਪੀ ਗੈਸ ਸਟੇਸ਼ਨ ਦੇਖਿਆ ਹੋਣਾ ਬਿਲਕੁਲ ਉਹਦੇ ਐਂਟਰ ਦੇ ਉੱਤੇ ਲਾਸਟ ਪੰਪ ਤੋਂ ਸਾਡਾ ਨਾਲ ਹੀ ਉੱਥੇ ਆਫਿਸ ਹੈ ਕੀ ਵੀ ਮੋਰਗੇਜਿਸ ਤੁਸੀਂ ਉੱਥੇ ਆ ਸਕਦੇ ਹੋ ਸਾਨੂੰ ਫੋਨ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਮੋਬਾਈਲ ਨੰਬਰ ਹੈ ਜੀ 0211544327 ਮੈਨੂੰ ਫੋਨ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ ਸਾਡੇ ਕੋਲ ਜ਼ੂਮ ਮੀਟਿੰਗ ਅਸੀਂ ਕਰ ਸਕਦੇ ਹਾਂ ਫੋਨ ਦੇ ਉੱਤੇ ਤੁਹਾਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ ਤੇ ਸਾਰੀ ਜਿਹੜੀ ਐਪਲੀਕੇਸ਼ਨ ਹੈ ਉਹ ਸਾਰੀ ਆਨਲਾਈਨ ਹੈ ਤੇ ਸਾਨੂੰ ਕੋਈ ਵੀ ਪੇਪਰ ਵਰਕ ਨਹੀਂ ਕਰਨਾ ਪੈਂਦਾ ਤੇ ਆਫਿਸ ਸਾਡਾ ਓਪਨ ਹੈ ਜੀ ਮੰਡੇ ਟੂ ਸੈਟਰਡੇ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 7 ਵਜੇ ਤੱਕ ਕੰਮ ਕਰਦੇ ਹਾਂ ਜੀ 6, 7, 8 ਵੱਜ ਜਾਂਦੇ ਨੇ ਆਰਾਮ ਨਾਲ ਲੋਕੀ ਵੀ ਜਦੋਂ ਸ਼ਾਮ ਨੂੰ ਫ੍ਰੀ ਹੁੰਦੇ ਨੇ ਉਹਨਾਂ ਨੂੰ ਦਿਲ ਕਰਦਾ ਵੀ ਅਸੀਂ ਜਾ ਕੇ ਹੁਣ ਜਾ ਕੇ ਆਪਣੀ ਇਨਫੋਰਮੇਸ਼ਨ ਲਈਏ ਤਾਂ ਇਸ ਕਰਕੇ ਸ਼ਾਮ ਨੂੰ ਵੀ ਕੰਮ ਕਰਦੇ ਹਾਂ ਤੇ ਬਿਲਕੁਲ ਭਾਜੀ ਆਹ ਵਧੀਆ ਤੁਸੀਂ ਗੱਲ ਦੱਸੀ ਹੈ ਕਿ ਜਿਹੜਾ ਤੁਸੀਂ ਲੇਟ ਲਾਈਕ 7 o'clock ਤੱਕ ਜਿਹੜਾ ਆਫਿਸ ਤੁਹਾਡਾ ਓਪਨ ਹੁੰਦਾ ਹੈ 5-6 ਤੱਕ ਕੋਈ ਵੀ ਕੰਮ ਛੱਡ ਕੇ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਭਾਜੀ ਅੱਜ ਟਾਈਮ ਕੱਢਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਲਈ ਕਿ ਲੋਕਡਾਊਨ 4 ਵਿੱਚ ਵੀ ਅਗਰ ਉਹਨਾਂ ਨੂੰ ਕਿਸੇ ਵੀ ਰਿਕੁਆਇਰਮੈਂਟ ਦੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਹੈ ਲੋਨ ਲਈ ਤਾਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਥੈਂਕ ਯੂ ਭਾਜੀ ਜਤਿੰਦਰ ਭਾਜੀ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ